ਤੁਸੀਂ ਵੇਖ ਰਹੇ ਹੋ ਇਸ ਵੇਲੇ ਸਾਂਝਾ ਟੀਵੀ ਤੇ ਸੋਮਵਾਰ ਦੀ ਸ਼ਾਮ ਨੂੰ ਅਸੀਂ ਪ੍ਰੋਗਰਾਮ ਰੂਹ ਦੀਆਂ ਗੱਲਾਂ ਲੈ ਕੇ ਤੁਹਾਡੇ ਵਾਸਤੇ ਹਾਜ਼ਰ ਹੁੰਦੇ ਹਾਂ ਦੋਸਤੋ। ਸੋ ਅੱਜ ਦਾ ਪ੍ਰੋਗਰਾਮ ਲੈ ਕੇ ਮੈਂ ਮਨਜੀਤ ਕੌਰ ਕੰਗ ਤੇ ਮੇਰੇ ਨਾਲ ਇੰਦੀ ਜਸਵਾਲ ਜੀ ਸਟੂਡੀਓ ਦੇ ਵਿੱਚ ਹਾਜ਼ਰ ਨੇ। ਇੰਦੀ ਜੀ ਸਵਾਗਤ ਹੈ ਤੁਹਾਡਾ, ਸਤਿ ਸ਼੍ਰੀ ਅਕਾਲ। ਸੋ ਦੋਸਤੋ ਅੱਜ ਦਾ ਪ੍ਰੋਗਰਾਮ ਸਾਂਝਾ ਪ੍ਰੋਗਰਾਮ ਰਹੇਗਾ, ਜਿਵੇਂ ਅਸੀਂ ਇੱਕ ਹਫ਼ਤਾ ਛੱਡ ਕੇ ਤੇ ਦੂਸਰੇ ਸੋਮਵਾਰ ਫਿਰ ਮੇਰੇ ਨਾਲ ਇੰਦੀ ਜਸਵਾਲ ਹੋਰੀ ਆਉਂਦੇ ਨੇ। ਅਸੀਂ ਵਿਸਥਾਰ ਦੇ ਵਿੱਚ ਜੋ ਚੱਲ ਰਿਹਾ ਹੁੰਦਾ ਆਲੇ ਦੁਆਲੇ ਉਹਦੇ 'ਤੇ ਗੱਲਾਂ ਬਾਤਾਂ ਕਰਦੇ ਹਾਂ ਅਤੇ ਤੁਹਾਡੀਆਂ ਕਾਲਸ ਵੀ ਪ੍ਰੋਗਰਾਮ ਦੇ ਵਿੱਚ ਅਟੈਂਡ ਕੀਤੀਆਂ ਜਾਂਦੀਆਂ ਨੇ। ਸੋ ਅੱਜ ਵੀ ਕੁਝ ਇਸੇ ਤਰ੍ਹਾਂ ਦਾ ਮਾਹੌਲ ਰਹੇਗਾ। ਅਤੇ ਸਭ ਤੋਂ ਪਹਿਲਾਂ ਇੰਦੀ ਜੀ ਕਿਵੇਂ ਰਹੇ ਤੁਹਾਡੇ 2 ਹਫ਼ਤੇ? ਹਾਂਜੀ ਵਧੀਆ। ਹਾਂਜੀ ਵੈਦਰ ਬਹੁਤ ਵਧੀਆ ਜੀ, ਗਰਮੀ ਪਸੰਦ ਹੈ ਆਪਾਂ ਨੂੰ। ਤੁਹਾਨੂੰ ਸਭ ਨੂੰ ਪਤਾ ਜਿੱਦਾਂ ਭਈ ਅਕਤੂਬਰ ਨਵੰਬਰ ਦਸੰਬਰ ਮਹੀਨੇ 'ਚ ਲੋਕ ਥੋੜਾ ਡਿਪਰੈਸ਼ਨ 'ਚ ਚਲੇ ਜਾਂਦੇ ਆ ਕਿਉਂਕਿ ਧੁੱਪ ਨਹੀਂ ਨਿਕਲਦੀ ਤੇ ਹੁਣ ਧੁੱਪ ਖਿੜੀ ਹੁੰਦੀ। ਵਧੀਆ ਬਹੁਤ, ਤੁਸੀਂ ਦੱਸੋ? ਬਸ ਇਹ ਜਦੋਂ ਮੌਸਮ ਸੋਹਣਾ ਹੁੰਦਾ ਤੇ ਮਨ ਦੇ ਵਿਹੜੇ 'ਚ ਵੀ ਫਿਰ ਬਹਾਰ ਜਿਹੜੀ ਆ ਜਾਂਦੀ ਹੈ ਹਨਾ, ਤੇ ਕੰਮ ਕਾਰ ਦਾ ਢੰਗ ਤਰੀਕਾ ਬਦਲ ਜਾਂਦਾ। ਲੋਕ ਬਾਹਰ ਥੋੜਾ ਚਿਰ ਬੈਠਦੇ ਵੀ ਆ ਆਪਣੇ ਗਾਰਡਨ ਦੇ ਵਿੱਚ, ਗਾਰਡਨ ਦੇ ਕੰਮ ਕਾਰ ਸ਼ੁਰੂ ਹੋ ਜਾਂਦੇ ਨੇ ਤੇ ਹੋਰ ਘਰ ਦਾ ਜਿਹੜਾ ਕਲਟਰ ਹੁੰਦਾ ਲੋਕ ਉਹਨੂੰ ਕੱਢਣ ਦੀ ਕੋਸ਼ਿਸ਼ ਕਰਦੇ ਆ ਨਾ। ਦਿਨਾਂ ਦੇ ਵਿੱਚ ਦਿਨ ਵੱਡੇ ਹੁੰਦੇ ਆ ਵੀ ਚਲੋ ਕੰਮ ਕਾਰ 8 ਘੰਟੇ ਲਾ ਕੇ ਆ ਕੇ ਵੀ ਘਰ ਦਾ ਕੰਮ ਹੈ ਜਿਹੜਾ ਥੋੜਾ ਬਹੁਤਾ ਕੀਤਾ ਜਾ ਸਕਦਾ। ਸੋ ਜਿਹੜੀ ਤਾਜ਼ਗੀ ਹੈ ਨਾ ਉਹ ਚਿਹਰਿਆਂ ਤੇ ਵੇਖਣ ਨੂੰ ਮਿਲਦੀ ਹੈ। ਇਹ ਤਾਂ ਹੈ ਨਾ ਕਿਤੇ। ਤੇ ਬਾਕੀ ਮੋਦੀ ਸਰਕਾਰ ਦੇ ਵੀ 7 ਸਾਲ ਪੂਰੇ ਹੋ ਗਏ। ਹਾਂਜੀ ਹਾਂਜੀ ਉਹ ਬਹੁਤ ਯਾਦ ਕਰਦੇ ਰਹਿੰਦੇ ਤੁਸੀਂ। ਬਸ ਜੀ ਕਿਉਂਕਿ ਮੋਹ ਜ਼ਿਆਦਾ ਫਿਰ ਪਿੰਡ ਨਾਲ ਹੀ ਹੁੰਦਾ। ਹੁਣ ਪਿੰਡ ਦੇ ਹੁਣ ਤੁਸੀਂ ਦੇਖੋ 16ਵੀਂ ਵਾਰ ਤੇਲ ਦਾ ਪ੍ਰਾਈਸ ਵਧਾਤਾ ਮਈ ਮਹੀਨੇ ਚ 16 ਵਾਰੀ। ਦੱਸੋ 100 ਦਾ ਸ਼ਤਕ ਲਾਤਾ ਭਾਰਤ ਇਤਿਹਾਸ ਚ, ਪਹਿਲਾਂ ਕਦੀ ਹੋਇਆ ਨਹੀਂ, ਸ਼ਤਕ ਨਹੀਂ ਲੱਗਾ ਪੈਟਰੋਲ ਦਾ। ਤੇ ਸਭ ਤੋਂ ਵੱਡਾ ਹੁਣ ਦੇਖੋ ਜੀ ਪਹਿਲਾਂ ਚਲੋ ਪਹਿਲਾਂ ਜਦੋਂ ਤੇਲ ਮਹਿੰਗਾ ਹੁੰਦਾ ਸੀ ਕਰੂਡ ਆਇਲ ਪਈ ਉਹਦੇ ਵਧਣ ਕਰਕੇ ਰੀਜ਼ਨ ਹੁੰਦਾ ਸੀ। 2013 ਚ ਕਰੂਡ ਆਇਲ ਮਹਿੰਗਾ ਸੀ, ਉਦੋਂ ਰੇਟ ਸੀ 76 ਰੁਪਏ 75 ਰੁਪਏ ਇੰਡੀਆ ਚ, ਤੇ ਇਸ ਵੇਲੇ ਕਰੂਡ ਆਇਲ ਸਸਤਾ ਆ ਤੇ ਤਾਂ ਇੰਡੀਆ ਚ ਰੇਟ 100 ਰੁਪਏ ਟੱਪ ਗਿਆ। ਚੱਕਰ ਇਹ ਵੀ ਲੋਕ ਹੁਣ ਉਹਨਾਂ ਨੂੰ ਵੀ ਪਤਾ, ਲੋਕ 16 ਵਾਰ ਤੁਸੀਂ ਦੇਖੋ 16 ਵਾਰ ਰੇਟ ਵਧਾਇਆ ਮਈ ਮਹੀਨੇ ਚ ਕਿਉਂਕਿ ਹੁਣ ਕਿਤੇ ਵੋਟਾਂ ਹੈ ਨਹੀਂ ਗੀਆਂ। ਹੁਣ ਵੋਟਾਂ 16 ਵਾਰ ਕਹਿ ਲੈਣ ਮੂੰਹ ਨਾ ਕਹਿ ਲੈਣ ਗੱਲ ਆ, ਇੱਕ ਦਿਨ ਛੱਡ ਕੇ। ਹਾਂਜੀ ਇੱਕ ਦਿਨ ਛੱਡ ਕੇ ਆਲਮੋਸਟ 3 ਰੁਪਏ 83 ਪੈਸੇ 16 ਵਾਰੀ ਕਰ ਕਰਕੇ 4 ਰੁਪਏ। ਮਤਲਬ ਪਰ ਲੋਕ ਕੀ ਕਰਨ, ਹੁਣ ਲੋਕਾਂ ਕੋਲ ਕੋਈ ਚੋਇਸ ਨਹੀਂ, ਕਿੱਧਰ ਨੂੰ ਜਾਣਗੇ। ਤੇਲ ਦੀਆਂ ਕੀਮਤਾਂ ਤਾਂ ਆਪਾਂ ਹੁਣ ਇੱਥੇ BC 'ਚ ਰਹਿੰਦੇ ਆ, ਇੱਥੇ ਵੀ ਜਦੋਂ ਤਾਂ $20 ਪਰ ਲੀਟਰ ਹੋ ਜਾਂਦੇ ਆ ਤੇ ਲੋਕਾਂ ਨੂੰ ਮਾੜੀ ਜਿਹੀ ਰਾਹਤ ਮਿਲਦੀ ਹੈ ਹਨਾ। ਲੋਕ ਥੋੜੇ ਸੌਖੇ ਹੁੰਦੇ ਵੀ ਚੱਲ ਗੇੜੀ ਛੇੜੀ ਵੀ ਲਾਉਣੀ ਹੋਵੇ ਤੇ ਲੋਕ ਸੌਖੀ ਲਾ ਆਉਂਦੇ ਆ। ਪਰ ਜਦੋਂ ਪ੍ਰਾਈਸ ਚੱਕਣ ਲੱਗਦੇ ਫਿਰ ਹੁਣ $1.5 ਤੋਂ ਉੱਪਰ ਹੋਈ ਪਈ ਆ, ਕਿੰਨੇ ਦਿਨ ਹੋ ਗਏ। ਫਿਰ ਟੈਸਲਾ ਜਿੰਦਾਬਾਦ, ਫਿਰ ਟੈਸਲਾ ਕਾਫੀ ਹੋ ਗਈਆਂ ਜੀ ਹੁਣ ਤਾਂ ਆਪਣੇ ਸ਼ਹਿਰ ਦੇ ਵਿੱਚ। ਆਪਣਾ ਜੀ ਬ੍ਰਿਟਿਸ਼ ਕੋਲੰਬੀਆ ਨਾਰਥ ਅਮਰੀਕਾ ਚੋਂ ਯਾਨੀ ਕਿ ਕੈਨੇਡਾ ਅਮਰੀਕਾ ਚੋਂ ਸਭ ਤੋਂ ਵੱਧ ਇੱਥੇ ਵਿਕੀਆਂ ਸੀ। ਹਾਂ ਸਭ ਤੋਂ ਵੱਧ। ਹਾਂਜੀ ਤੇ ਜਿਹੜੀ ਉਹ ਰਿਬੇਟ ਦਿੰਦੇ ਸੀਗੇ, ਹਾਂਜੀ ਰਿਬੇਟ ਪ੍ਰੋਵਿੰਸ਼ੀਅਲ ਤੇ ਹਾਂਜੀ ਹਾਂ ਲਾਹਾ ਲਿਆ ਲੋਕਾਂ ਨੇ। ਤੇ ਪਹਿਲਾਂ ਜਦੋਂ ਇਹ ਟਾਮੀ ਗੱਡੀ ਸੀ ਨਾ ਤੇ ਉਦੋਂ ਮੈਂ ਸੋਚਦੀ ਹੁੰਦੀ ਸੀ ਵੀ ਹਾਲੇ ਪੰਜਾਬੀਆਂ ਨੂੰ ਇਹਦੇ ਬਾਰੇ ਬੜਾ ਪਤਾ ਨਹੀਂ ਲੱਗਿਆ ਲੱਗਦਾ। ਹਾਂਜੀ ਹਾਂਜੀ ਤੇ ਹੁਣ ਕਿਉਂਕਿ ਦੇਖੋ ਪੈਸੇ ਤਾਂ ਖਰਚਣੇ ਆ ਕਿਸੇ ਵੀ ਹੋਰ ਗੱਡੀ ਤੇ, ਤੇ ਫਿਰ ਕਿਉਂ ਨਾ ਟੋਰੀ ਗੱਡੀ ਆ ਤੇ ਖੂਬਸੂਰਤ ਗੱਡੀ ਵਧੀਆ ਜੀ, ਪਿਕਅਪ ਸਾਰਾ ਕੁਝ ਵਧੀਆ ਜੀ ਜੀ। ਸੋ ਹੁਣ ਪੰਜਾਬੀਆਂ ਦੀ ਬੱਲੇ ਬੱਲੇ ਆ, ਹਰ ਤੀਜੀ ਚੌਥੀ ਗੱਡੀ ਆ ਜਿਹੜੀ ਆਪਣੇ ਸ਼ਹਿਰ ਚ ਤਾਂ ਇੱਥੇ ਟੈਸਲਾ ਤੁਹਾਨੂੰ ਦੇਖਣ ਨੂੰ ਮਿਲਦਾ ਬਹੁਤ ਜ਼ਿਆਦਾ। ਹਾਂਜੀ ਬਹੁਤ ਜ਼ਿਆਦਾ। ਅੱਛਾ ਤੁਸੀਂ ਔਰੇਂਜ ਰੰਗ ਦਾ ਇੱਕ ਜਿਹੜਾ ਅੱਜ ਟੌਪ ਹੈ ਕਿਉਂ ਪਾਇਆ ਹੋਇਆ? ਇਹ ਜੀ ਦਰਅਸਲ ਸਭ ਨੂੰ ਪਤਾ ਹੋਣਾ ਪਈ 200 ਤੋਂ 215 ਤੋਂ ਵੱਧ ਬੱਚਿਆਂ ਦੀਆਂ ਕੈਂਪਲੂਪਸ ਰੈਜ਼ੀਡੈਂਸ਼ੀਅਲ ਸਕੂਲ ਚ ਕੰਕਾਲ ਮਿਲੇ ਆ ਤੇ ਉਹਨਾਂ ਦੀ ਉਮਰ 3 ਸਾਲ ਤੱਕ ਵੀ ਸੀ, 3 ਸਾਲ ਤੱਕ ਤੋਂ ਮਤਲਬ 3 ਤੋਂ ਲੈ ਕੇ ਹਨਾ ਮਿਨੀਮਮ ਜੀ। ਤੇ ਉਹਨਾਂ ਦੀ ਯਾਦ ਚ ਅੱਜ ਸਾਰੇ ਕੈਨੇਡਾ ਚ ਨਹੀਂ ਹੋਕਾ ਦਿੱਤਾ ਸੀ ਵੀ ਸੋਮਵਾਰ ਨੂੰ ਔਰੇਂਜ ਕਲਰ ਦਾ ਕਰੋ ਤੇ ਸਰਚ ਕਰ ਸਕਦੇ ਸਰੋਤੇ ਵੀ। ਨਿਆਗਰਾ ਫਾਲ ਚ ਉਹ ਕਰਦੇ ਹੁੰਦੇ ਕਲਰ ਚੇਂਜ ਹਨਾ, ਨਿਆਗਰਾ ਫਾਲ ਟੋਰਾਂਟੋ ਚ ਉਹਨੇ ਵੀ ਅੱਜ ਔਰੇਂਜ ਕਲਰ ਦਾ ਕੀਤਾ ਸੀਗਾ ਜੀ। ਤੇ ਉਹਨੇ ਕਿਹਾ ਸੀ ਵੀ ਉਹਨਾਂ ਦੀ ਯਾਦ ਚ ਬੱਚਿਆਂ ਦੀ ਚ ਵੀ ਸੰਤਰੀ ਕਲਰ ਸਾਰੇ ਵੀ ਪਹਿਨੋ ਜੀ ਜੀ। ਹਾਂਜੀ ਔਰ ਇਹ ਬੜੇ ਦੁੱਖ ਦੀ ਗੱਲ ਹੈ। ਹਾਂਜੀ ਜੀ ਤੇ ਇਤਿਹਾਸ ਵੈਸੇ ਕੈਨੇਡਾ ਦਾ ਹਾਰਪਰ ਸਾਹਿਬ ਨੇ ਵੀ ਮਾਫੀ ਮੰਗੀ ਸੀ ਪਾਰਲੀਮੈਂਟ 'ਚ ਪਹਿਲਾਂ, ਤੇ ਟਰੂਡੋ ਸਾਹਿਬ ਨੇ ਵੀ ਟਵੀਟ ਕੀਤਾ ਆ ਤੇ ਕੈਨੇਡਾ ਦੇ ਝੰਡੇ ਸਾਰੀਆਂ ਹਰ ਜਗ੍ਹਾ ਇੱਥੇ ਸਰੀ 'ਚ ਵੀ ਤੁਸੀਂ ਦੇਖਿਆ ਹੋਣਾ ਅੱਧਾ ਝੁਕਾਇਆ ਗਿਆ ਆ ਜੀ ਜੀ ਉਹਨਾਂ ਦੀ ਯਾਦ 'ਚ ਜੀ। ਔਰ ਇਹ ਇਹਦੀ ਛਾਣਬੀਣ ਹੋਏਗੀ ਪੂਰੀ। ਹਾਂਜੀ ਔਰ ਟਾਈਮ ਬੇਸ਼ੱਕ ਲੱਗੇਗਾ। ਵੈਸੇ ਜੀ ਮੈਂ ਵੀ ਪੋਸਟ ਕਰੂੰਗਾ ਇਹ ਜੋ ਕੁਛ ਇਹਨਾਂ ਨਾਲ ਇੱਥੇ ਦੇ ਫਸਟ ਨੇਸ਼ਨ ਲੋਕਾਂ ਨਾਲ ਹੋਇਆ ਉਹ ਸਾਡੇ ਨਾਲ ਅੱਜ ਕੱਲ ਹੋ ਰਿਹਾ ਪੰਜਾਬੀਆਂ ਨਾਲ, ਪਰ ਅਸੀਂ ਉਸ ਵੱਲ ਧਿਆਨ ਨਹੀਂ ਦੇ ਰਹੇ। ਉਹ ਸਭ ਕੁਝ ਆਪਣੇ ਨਾਲ ਹੋ ਰਿਹਾ जिदा पंजाब च स्कूलां च पंजाबी बोलन ते फाइन लगदा आ। ਤੁਸੀਂ ਦੇਖੋ ਉਹੀ ਸੀਗਾ ਮਤਲਬ ਇਹਨਾਂ ਦੇ ਰੈਜ਼ੀਡੈਂਸ਼ਲ ਸਕੂਲ ਵੀ ਇਦਾਂ ਹੀ ਸੀਗੇ ਕਿ ਜਿਹੜੇ ਫਸਟ ਨੇਸ਼ਨ ਵਾਲੇ ਬੱਚੇ ਆ ਉਹਨਾਂ ਨੂੰ ਉਹਨਾਂ ਦੇ ਘਰਦਿਆਂ ਤੋਂ ਦੂਰ, ਉਹਨਾਂ ਸਕੂਲਾਂ ਚ ਉਹਨਾਂ ਦੀ ਬੋਲੀ ਤੋਂ ਦੂਰ ਰੱਖਿਆ ਜਾਂਦਾ ਸੀ। ਤੁਸੀਂ ਵੀ ਦੇਖੇ ਹੋਣੇ ਜਿਹੜੇ ਇੱਥੇ ਫਸਟ ਨੇਸ਼ਨ ਪੀਪਲ ਆ ਉਹਨਾਂ ਦੇ ਬਾਲ ਲੰਬੇ ਲੰਬੇ ਹੁੰਦੇ, ਉਹਨੇ ਮਤਲਬ ਚੁੰਡੀਆਂ ਜਿਹੀਆਂ ਕੀਤੀਆਂ ਹੁੰਦੀਆਂ। ਸੋ ਸਭ ਤੋਂ ਪਹਿਲਾਂ ਉਹਨਾਂ ਦੇ ਬੱਚਿਆਂ ਦੇ ਉੱਥੇ ਜਾ ਕੇ ਬਾਲ ਕੱਟੇ ਜਾਂਦੇ ਸੀ, ਤਸੀਹੇ ਬਹੁਤ ਦਿੱਤੇ ਜਾਂਦੇ ਸੀ, ਬਈ ਬੰਦੇ ਦੇ ਲੂਹ ਕੰਡੇ ਖੜੇ ਹੋ ਜਾਂਦੇ। ਕੈਨੇਡਾ ਦਾ ਇਹ ਇਤਿਹਾਸ ਚ ਬਈ ਮਤਲਬ ਤੁਹਾਡੀ ਗੱਲ ਬਿਲਕੁਲ ਸਹੀ ਹੈ, ਦਰੁਸਤ ਹੈ ਇਹ ਇੰਦੀ, ਕਿਉਂਕਿ ਜਦੋਂ ਅੰਗਰੇਜ਼ਾਂ ਨੇ ਰਾਜ ਕੀਤਾ ਨਾ ਸਾਡੇ ਉੱਥੇ ਮੁਲਕ ਦੇ ਉੱਤੇ, ਕਹਿੰਦੇ ਤਾਂ ਆ ਵੀ ਇਨਫਰਾਸਟ੍ਰਕਚਰ ਜਿਹੜਾ ਉਹਨਾਂ ਨੇ ਕਾਫੀ ਉੱਥੇ ਵਧੀਆ ਢੰਗ ਦੇ ਨਾਲ ਹਨਾ ਤਰੱਕੀ ਬੜੀ ਕਰਾਤੀ ਸੀ। ਜੇ ਕਿਤੇ ਕੁਝ ਲੋਕ ਇਹ ਵੀ ਮੰਨਦੇ ਆ ਵੀ ਜੇ ਕਿਤੇ ਥੋੜਾ ਚਿਰ ਹੋਰ ਰਹਿ ਜਾਂਦੇ ਅੰਗਰੇਜ਼ ਤੇ ਇਹਨਾਂ ਨੇ ਨੁਹਾਰ ਹੀ ਬਦਲ ਦੇਣੀ ਸੀ ਉੱਥੇ ਇੰਡੀਆ ਦੀ ਹਨਾ। ਪਰ ਉਹਦੇ ਨਾਲ ਨਾਲ ਜਿਹੜੀਆਂ ਉਹਨਾਂ ਦੀਆਂ ਕੁਝੀਆਂ ਹਰਕਤਾਂ ਸੀ ਉਹਨਾਂ ਨੇ ਜਦੋਂ ਜਿਵੇਂ ਮਹਾਰਾਜਾ ਰਣਜੀਤ ਸਿੰਘ ਨੇ, ਆਪਾਂ ਅੱਗੇ ਵੀ ਇੱਕ ਦਿਨ ਗੱਲ ਇਹ ਕੀਤੀ ਸੀ, ਮਹਾਰਾਜਾ ਰਣਜੀਤ ਸਿੰਘ ਕੋਈ ਧਾਰਮਿਕ ਇਮਾਰਤ ਉਸਰਣ ਨਹੀਂ ਸੀ ਦਿੰਦਾ ਜਿੰਨੀ ਦੇਰ ਤੱਕ ਉਹਦੇ ਨਾਲ ਪਾਠਸ਼ਾਲਾ ਨਹੀਂ ਸੀ ਖੁੱਲਦੀ, ਜਿੰਨੀ ਦੇਰ ਉਹਦੇ ਨਾਲ ਕੋਈ ਸਕੂਲ ਨਹੀਂ ਸੀ ਖੁੱਲਦਾ, ਮਦਰਸਾ ਨਹੀਂ ਸੀ ਖੁੱਲਦਾ। ਤੇ ਉਹ ਫਿਰ ਉਹਨਾਂ ਨੇ ਜਦੋਂ ਦੇਖਿਆ ਵੀ ਇਹ ਤਾਂ ਪੜ ਜਾਣਗੇ, ਘਰ ਘਰ ਦੇ ਵਿੱਚ ਕਾਇਦਾ ਸੀ, ਘਰ ਘਰ ਦੇ ਵਿੱਚ ਲੋਕ ਆਪਣੀ ਜ਼ੁਬਾਨ ਨਾਲ ਪਿਆਰ ਕਰਦੇ ਸੀ, ਉਹਨਾਂ ਨੇ ਸਭ ਤੋਂ ਪਹਿਲਾਂ ਇਸ ਗੱਲ ਨੂੰ ਢਾਹ ਲਾਉਣੀ ਸ਼ੁਰੂ ਕੀਤੀ। ਠੀਕ ਹੈ ਨਾ। ਸੋ ਸਾਡਾ ਜਿਹੜਾ ਕਲਚਰ ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਆ, ਸੋ ਹੁਣ ਵੀ ਸਾਡੇ ਨਾਲ ਇਹੀ ਹੋ ਰਿਹਾ। ਸਾਡੀ ਪੰਜਾਬੀ ਸਾਡੀ ਮਾਂ ਬੋਲੀ ਆ ਜਿਹੜੀ, ਔਰ ਸਾਡੇ ਪੰਜਾਬੀ ਲੋਕ ਬਹੁਤ ਥੋੜੇ ਜਿਹੇ ਨੇ, ਮੁੱਠੀ ਭਰ ਲੋਕ ਜਿਹੜੇ ਉੱਥੇ ਕੋਸ਼ਿਸ਼ ਕਰ ਰਹੇ ਆ ਵੀ ਇਹ ਓਫੀਸ਼ੀਅਲ ਲੈਂਗੁਏਜ ਹੋਣੀ ਚਾਹੀਦੀ ਹੈ, ਰਾਜ ਭਾਸ਼ਾ ਸਾਡੀ ਬਣਨੀ ਚਾਹੀਦੀ ਹੈ, ਸਾਡੇ ਦਫ਼ਤਰੀ ਕੰਮ ਨੇ ਜਿਹੜੇ ਸਾਡੀ ਬੋਲੀ 'ਚ ਜ਼ੁਬਾਨ 'ਚ ਹੋਣੇ ਚਾਹੀਦੇ ਆ, ਪਰ ਬਹੁਤੇ ਲੋਕ ਇਸ ਗੱਲ ਵੱਲ ਧਿਆਨ ਨਹੀਂ ਦੇ ਰਹੇ। ਉੱਥੇ ਦੀ ਛੱਡੋ ਜੀ, ਇੱਥੇ ਮੈਂ ਵੀ ਮਤਲਬ ਭਾਈ ਪੰਜਾਬੀ ਜੀ ਨੂੰ ਕਹਿੰਦੇ ਪ੍ਰਯੋਗ ਕਰਦਾ ਰਹਿਣਾ ਹਨਾ, ਐਕਸਪੈਰੀਮੈਂਟ ਆ ਮਤਲਬ ਸਾਬੇ ਲਾ ਲਓ ਹਨਾ, ਮਤਲਬ ਮੈਂ ਜਾਨਾ ਤੇ ਮਤਲਬ ਭਈ ਹੁਣ ਚਲੋ ਮੋਹਰੇ ਪਤਾ ਹੀ ਲੱਗ ਜਾਂਦਾ ਵੀ ਕੌਣ ਸਰਵ ਕਰ ਰਿਹਾ। ਜੇ ਅਗਲੇ ਨੂੰ ਕਵੇ ਭਈ ਆ ਪੱਤੇ ਜਿਹੜੇ ਪਏ ਹੁੰਦੇ, ਜੇ ਕਹਿ ਦੇਵੇ ਵੀ ਬਾਈ ਆ ਪੱਤੇ ਵੀ ਵਿੱਚ ਪਾ ਦੋ, ਹੱਸਣ ਲੱਗ ਪੈਂਦੇ ਮੋਹਰੇ। ਵਿੱਚ ਹਾਸੇ ਵਾਲੀ ਕਿਹੜੀ ਗੱਲ ਆ ਜੀ, ਮਤਲਬ ਭਈ ਦੇਸੀ ਸਮਝਦੇ ਪੰਜਾਬੀ ਬੋਲਣ ਵਾਲੇ ਨੂੰ, ਪੰਜਾਬੀ ਇਹ ਬੰਦਾ ਦੇਸੀ ਆ, ਜਿਹੜਾ ਬੰਦਾ ਠੇਠ ਪੰਜਾਬੀ ਬੋਲਦਾ ਨਾ ਉਹਨੂੰ ਦੇਸੀ ਹੋਈ ਸਮਝਦੇ, ਮਜ਼ਾਕ ਉਡਾਇਆ ਜਾਂਦਾ ਜੀ ਉਸਦਾ, ਪਿੱਠ ਪਿੱਛੇ ਵੀ ਮੂੰਹ ਤੇ ਵੀ। ਮੈਨੂੰ ਨਹੀਂ ਪਤਾ ਲੱਗਦੇ ਭਈ ਇੰਗਲਿਸ਼ ਨੂੰ ਇੰਨਾ, ਪਰ ਉਹਦੀ ਪਰਵਾਹ ਨਹੀਂ ਕਰਨੀ ਚਾਹੀਦੀ। ਨਹੀਂ ਜੀ ਨਹੀਂ, ਮੇਰੇ ਹਿਸਾਬ ਨਾਲ ਹਾਂ ਬਿਲਕੁਲ ਪਰਵਾਹ ਨਹੀਂ ਕਰਨੀ ਚਾਹੀਦੀ, ਕਿਉਂਕਿ ਜਿੱਥੇ ਲੋੜ ਪਵੇ, ਜਿੱਥੇ ਸਾਡਾ ਨਾਂ ਸਰਦਾ ਹੋਵੇ ਦੂਜੀ ਭਾਸ਼ਾ ਬੋਲਣ ਤੋਂ ਬਿਨਾਂ, ਉੱਥੇ ਸਾਨੂੰ ਬੋਲਣੀ ਪੈਂਦੀ ਆ, ਬੋਲਣੀ ਚਾਹੀਦੀ ਵੀ ਆ, ਕਿਉਂਕਿ ਅਸੀਂ ਆਪਣਾ ਕੰਮ ਅੱਗੇ ਤੋਰਨਾ ਹੁੰਦਾ। ਪਰ ਅਦਰਵਾਈਜ਼ ਤੁਹਾਨੂੰ ਤੁਹਾਡੀ ਬੋਲੀ ਤੇ ਮਾਣ ਹੋਣਾ ਚਾਹੀਦਾ। ਪੰਜਾਬੀ ਜਦੋਂ ਜਿੱਥੇ ਖੜਾ ਤੇ ਉੱਥੇ ਉਹ ਕਹਿ ਦਿੰਦੇ ਵੀ ਕੜਾ ਬਾਂਝ ਪਾਇਆ ਹੁੰਦਾ ਤੇ ਉਹਦੇ ਤੋਂ ਵੀ ਪਛਾਣ ਆਉਣੀ ਹੈ, ਸਾਡੇ ਰੰਗ ਰੂਪ ਤੋਂ ਵੀ ਆਉਣੀ ਹੈ, ਸਾਡੇ ਚਿਹਰੇ ਮੋਹਰੇ ਤੋਂ ਵੀ ਆਉਣੀ ਹੈ। ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਤੁਹਾਡੀ ਆਈਡੈਂਟੀਟੀ ਨੇ, ਇਹਨੂੰ ਤੁਸੀਂ ਲੁਕਾ ਕੇ ਸਿਰਫ ਇੱਕ ਜ਼ੁਬਾਨ ਦਾ ਕਰਕੇ ਹੈ ਨਾ ਤੁਸੀਂ ਲੁਕਾ ਨਹੀਂ ਸਕਦੇ, ਔਰ ਇਹ ਬਦੋ ਬਦੀ ਸਭ ਕੁਝ ਹੈ ਜਿਹੜਾ ਜੱਗ ਜ਼ਾਹਰ ਹੋ ਜਾਂਦਾ, ਔਰ ਆਪਣੇ ਆਪ ਤੇ ਤੁਹਾਨੂੰ ਫਕਰ ਹੋਣਾ ਚਾਹੀਦਾ ਕਿ ਤੁਸੀਂ ਪੰਜਾਬੀ ਹੋ। ਹਾਂਜੀ, ਸੋ ਆਪਾਂ ਵੇਖਣ ਸੁਣਨ ਵਾਲਿਆਂ ਨੂੰ ਵੀ ਕਹੀਏ ਪ੍ਰੋਗਰਾਮ ਚ ਕਾਲ ਕਰ ਸਕਦੇ ਆ ਜੀ, ਨੰਬਰ ਸਕਰੀਨ ਤੇ ਆ ਰਹੇ ਆ, WhatsApp ਦਾ ਤੇ ਸਟੂਡੀਓ ਦਾ ਇੱਥੇ ਦਾ, ਤੇ ਤੁਸੀਂ ਕਾਲ ਕਰ ਸਕਦੇ ਕਿਤੇ ਵੀ ਜੀ। ਉਹਦੇ ਨਾਲ ਨਾਲ ਆਪਾਂ ਇੱਥੇ BC ਦੇ ਵਿੱਚ ਰਹਿੰਦੇ ਆ, ਤੇ ਆਪਾਂ ਦੱਸੀਏ ਵੀ ਜਿਹੜੇ ਸਾਡੇ ਪ੍ਰੋਵਿੰਸ਼ੀਅਲ ਹੈਲਥ ਆਫੀਸਰ ਨੇ ਉਹਨਾਂ ਨੇ ਅੱਜ ਡਾਕਟਰ ਬੋਨੀ ਹੈਨਰੀ ਹੋਰਾਂ ਨੇ ਅੱਜ ਦੱਸਿਆ ਕਿ ਟੋਟਲ 3 ਦਿਨਾਂ ਦੇ 708 ਕੇਸ ਨੇ ਜਿਹੜੇ ਆਏ ਆ, ਤੇ ਤਕਰੀਬਨ 236 ਕੇਸ ਮੇਰਾ ਖਿਆਲ ਪਰ ਡੇ ਬਣਦੇ ਆ 3 ਦਿਨਾਂ ਦੇ ਨਾ। ਸੋ ਇਹ ਇੱਕ ਚੰਗੀ ਗੱਲ ਹੈ ਕਿ ਸਟੇਬਲ ਇਹ ਸਾਰਾ ਕੁਝ ਹੋ ਰਿਹਾ ਦਿਨ ਬ ਦਿਨ ਹਨਾ, ਕਿਉਂਕਿ ਪਹਿਲਾ ਵੀਕਐਂਡ ਸੀਗਾ ਮੇਰਾ ਖਿਆਲ ਹੈ ਵੀ ਜਦੋਂ ਡਰ ਸੀ ਇਸ ਗੱਲ ਦਾ ਕਿ ਲੋਕੀ 10 ਦੀ ਗਿਣਤੀ ਆ ਜਿਹੜੀ ਇਕੱਠੇ ਹੋਣ ਲੱਗੇ ਆ, ਕਿਤੇ ਉਹੀ ਗੱਲ ਨਾ ਹੋਵੇ ਫੇਰ ਨਾ ਖਲਾਰਾ ਪੈ ਜੇ ਜਾਂ ਵੱਧ ਨਾ ਜਾਣ, ਪਰ ਇਹ ਹੁਣ ਜਦੋਂ ਸਥਿਰ ਹੋ ਗਈ ਗੱਲ ਤੇ ਫਿਰ ਘਟਣਗੇ ਵੀ। ਸੋ ਇਸ ਗੱਲ ਦੀ ਸਾਨੂੰ ਖੁਸ਼ੀ ਹੈ ਤੇ ਤਸੱਲੀ ਆ ਵੀ ਅਸੀਂ BC ਦੇ ਵਿੱਚ ਸੁਣਿਆ ਸਤੰਬਰ ਚ ਲੱਗ ਰਹੇ ਮੇਲੇ ਤੀਆਂ ਦੇ, ਸਤੰਬਰ ਤੱਕ ਲੱਗਣੇ ਹੀ ਆ ਜੀ, ਉਹ ਤਾਂ ਖਾੜੇ ਲੱਗਣਗੇ, ਔਰ ਕਲਾਕਾਰ ਵੀ ਉੱਥੇ ਤਿਆਰ ਕਰ ਦੇਣੀਆਂ ਫਿਰ ਪਿਛਲੀਆਂ ਜਿਹੜੀਆਂ 2 ਸਾਲ ਦੀਆਂ ਰਹਿ ਗਈਆਂ। ਸੋ ਉਹ ਕਲਾਕਾਰ ਵੀ ਤਿਆਰ ਬੈਠੇ ਆ ਉੱਥੇ ਇੰਡੀਆ ਦੇ ਵਿੱਚ ਹਨਾ, ਤੇ ਬਾਕੀ ਇੱਥੋਂ ਵਾਲੇ ਲੋਕ ਨੇ ਜਿਹੜੇ ਬੀਬੀਆਂ ਤੇ ਬਾਹਰ ਜਿਹੜੇ ਮੇਲੇ ਲੱਗਦੇ ਆ ਪਾਰਕਾਂ ਦੇ ਵਿੱਚ, ਆਪਣੇ ਤਾਂ ਸਰੀ ਵੈਨਕੂਵਰ ਦੇ ਵਿੱਚ ਤਾਂ ਇੱਥੇ ਆ ਬਸਪੋਰਡ ਸਾਡੇ ਉਹ ਸ਼ਹਿਰ ਆ ਜਿਹੜੇ ਮੇਲਿਆਂ ਦੇ ਗੜ ਮੰਨੇ ਜਾਂਦੇ ਆ ਹਨਾ। ਸੋ ਉਹ ਇੰਤਜ਼ਾਰ ਕਰ ਰਹੇ ਆ ਲੋਕ। ਚਲੋ ਇਹ ਤਾਂ ਸੀ ਖੁਸ਼ਖਬਰੀ। ਇੱਕ ਹੋਰ ਖਬਰ ਅੱਜ ਆਈ ਆ ਜੀ, ਟੈਰਿਫ ਵੱਧ ਰਿਹਾ ਫਰਨੀਚਰ ਤੇ। ਅੱਛਾ ਹਾਂਜੀ, ਬਹੁਤ ਜ਼ਿਆਦਾ 265% ਲਿਖਿਆ ਸੀ ਉਹ, ਮਤਲਬ ਡਿਪੈਂਡ ਆ ਵੀ ਚੀਨ ਵਾਲੇ ਤੇ ਜਾਂ ਕਿੱਦਾਂ, ਉਹਦੇ ਬਾਰੇ ਮੈਂ ਐਵੇਂ ਕਹਿ ਦਵਾਂ ਪ੍ਰੋਪਰ ਡੀਪਲੀ ਨਹੀਂ ਪੜਿਆ, ਤੇ ਉਹਨੇ ਇੱਕ ਐਗਜ਼ਾਮਪਲ ਦਿੱਤੀ ਸੀ ਜੇ 1700 ਦੀ ਚੀਜ਼ ਆ ਉਹ 6000 ਦੀ ਪਊਗੀ। ਅੱਛਾ ਜੀ, ਹਾਂਜੀ ਅੱਛਾ। ਟੈਰਿਫ ਬਹੁਤ ਜ਼ਿਆਦਾ ਫਰਨੀਚਰ ਤੇ ਆਉਣ ਵਾਲੇ ਦਿਨਾਂ ਤੇ ਲੰਬਰ ਦਾ ਵੀ ਤੁਸੀਂ ਦੇਖਿਆ ਹੋਣਾ ਕਿੰਨੀ ਮਹਿੰਗੀ ਹੋ ਗਈ। ਕੱਲ ਪਰਸੋਂ ਕੈਲਗਰੀ 'ਚ ਟਰੱਕ ਹੀ ਚੋਰੀ ਕਰਕੇ ਲੈ ਗਿਆ ਲੰਬਰ ਦਾ, ਲੰਬਰ ਸੀ ਉਹਦੇ ਤੇ। ਅੱਛਾ ਜੀ, ਹਾਂਜੀ ਅੱਛਾ। ਇਹ ਕਾਫੀ ਕੁਝ ਚੱਲ ਰਿਹਾ ਖੈਰ, ਪਰ ਫਰਨੀਚਰ ਹੈ ਜਿਹੜਾ ਇਹ ਹੁਣ ਲੋਕ ਫੇ ਸੋਚ ਸਮਝ ਕੇ ਹੀ ਹਾਂਜੀ ਜੀ ਹਾਂ ਮਤਲਬ ਆਪਣੀ ਮਹਿੰਗਾ ਝਾੜ ਗੂੰਜ ਕੇ ਰੱਖਣਗੇ। ਹਾਂਜੀ ਹਾਂਜੀ। ਸੋ ਤੁਸੀਂ ਵੇਖ ਰਹੇ ਹੋ ਜੀ ਪ੍ਰੋਗਰਾਮ ਰੂਹ ਦੀਆਂ ਗੱਲਾਂ ਤੇ ਮੇਰੇ ਨਾਲ ਇਸ ਵੇਲੇ ਬੈਠੇ ਨੇ ਮੇਰੇ ਸਾਥੀ ਹੋਸਟ ਇੰਦੀ ਜਸਵਾਲ ਜੀ। ਪ੍ਰੋਗਰਾਮ ਦੇ ਵਿੱਚ ਤੁਹਾਨੂੰ ਵੀ ਅਸੀਂ ਸ਼ਾਮਲ ਕਰ ਰਹੇ ਹਾਂ। ਸਮੇਂ ਦੀ ਜੋ ਮੰਗ ਹੈ, ਜਿਹੜੀਆਂ ਗੱਲਾਂ ਬਾਤਾਂ ਦੀ, ਉਹੀ ਅਸੀਂ ਕਰ ਰਹੇ ਹਾਂ ਪ੍ਰੋਗਰਾਮ ਦੇ ਵਿੱਚ ਤੇ ਤੁਹਾਡੀ ਜਿਹੜੀ ਕਾਲ ਹੈ ਉਹ ਵੀ ਸਾਡੇ ਵਾਸਤੇ ਬੜੀ ਇੰਪੋਰਟੈਂਟ ਹੁੰਦੀ ਹੈ ਹਮੇਸ਼ਾ ਦੀ ਤਰ੍ਹਾਂ। ਸੋ ਅੱਜ ਵੀ ਤੁਹਾਨੂੰ ਅਸੀਂ ਪ੍ਰੋਗਰਾਮ ਦੇ ਵਿੱਚ ਹੁਣ ਸੱਦਾ ਦੇ ਰਹੇ ਹਾਂ, ਤੁਸੀਂ ਆ ਸਕਦੇ ਹੋ ਤੇ ਤੁਹਾਡੀਆਂ ਗੱਲਾਂ ਬਾਤਾਂ ਦੇ ਨਾਲ ਹੀ ਪ੍ਰੋਗਰਾਮ ਨੂੰ ਅੱਗੇ ਤੋਰਿਆ ਜਾਵੇਗਾ। ਹੁਣ ਆਪਾਂ ਸਿਆਸਤ ਦੀ ਵੀ ਥੋੜੀ ਜਿਹੀ ਗੱਲ ਕਰ ਲਈਏ, ਸਾਡੇ ਉੱਥੇ ਪੰਜਾਬ ਦੀ ਜਾਂ ਫਿਰ ਇੰਡੀਆ ਦੀ, ਹੈ ਨਾ। ਬੀਜੇਪੀ ਦੀ ਤਾਂ ਖੈਰ ਤੋਏ ਕਾਫੀ ਹੋਈ ਪਈ ਆ ਹੁਣ ਇਹਨਾਂ ਦਿਨਾਂ ਦੇ ਵਿੱਚ, ਤੇ ਬਾਕੀ ਕਾਂਗਰਸ ਪਾਰਟੀ ਆ ਉਹ ਵੀ ਜਿਵੇਂ ਕਹਿੰਦੇ ਹੁੰਦੇ ਆ ਵੀ ਗਾਨੀ ਟੁੱਟ ਗਈ ਖਿਲਰ ਗਏ ਮਣ ਕੇ, ਹੈ ਨਾ। ਤੇ ਚੋਗਲੋ ਦਿੱਲੀ ਵਾਲਿਓ, ਹੁਣ ਉਹ ਦਿੱਲੀ ਵਾਲੇ ਵਿਚਾਰੇ ਜਿਹੜੇ ਆ ਉਹ ਉਹਨਾਂ ਨੂੰ ਇੱਕ ਇੱਕ ਕਰਕੇ ਉੱਥੇ ਸੱਦ ਰਹੇ ਆ ਵੀ ਸਮਝਾ ਰਹੇ ਆ ਕਿ ਕੀ ਕਰ ਰਹੇ ਆ ਕੀ ਨਹੀਂ ਕਰ ਰਹੇ, ਇਹ ਸਮਾਂ ਦੱਸੂਗਾ। ਪਰ ਹਾਲ ਦੀ ਘੜੀ ਪਹਿਲਾਂ ਤਾਂ ਇਹ ਹੋ ਗਿਆ ਵੀ ਕੈਪਟਨ ਸਾਹਿਬ ਜਿਹੜੇ ਪਿਛਲੀ ਵਾਰੀ ਕਹਿੰਦੇ ਸੀ ਜਦੋਂ ਇਲੈਕਸ਼ਨ ਹੋਈ ਆ ਵੀ ਮੇਰੀ ਆਖਰੀ ਇਲੈਕਸ਼ਨ ਆ, ਅਗਲੀ ਵਾਰੀ ਨਹੀਂ ਮੈਂ ਚੋਣ ਲੜਨੀ, ਲੜਨਗੇ ਉਹਨੀ ਚੀਕੂ ਤੇ ਸੀਤਾਫਲ ਖਾ ਲਿਆ। ਤੇ ਪਰ ਇਹ ਸਿਆਸਤ ਆ ਜਿਹੜੀ, ਮੈਨੂੰ ਲੱਗਦਾ ਵੀ ਇਹ ਵੀ ਇਹਦੀ ਵੀ ਇੱਕ ਐਡਿਕਸ਼ਨ ਆ ਤੇ ਇਹ ਜਿਹੜਾ ਬੰਦਾ ਸਿਆਸਤ ਦੇ ਵਿੱਚ ਆ ਜਾਂਦਾ ਉਹ ਮੈਨੂੰ ਨਹੀਂ ਲੱਗਦਾ ਦੁਬਾਰਾ ਇਹ ਚੋਂ ਨਿਕਲਦਾ ਹੋਣਾ। ਕੋਈ ਟਾਵਾਂ ਬਿਰਲਾ ਭਾਵੇਂ ਹੋਊਗਾ ਪਰ ਅਦਰਵਾਈਜ਼ ਆਪਣੇ ਕੋਲੇ ਕਾਲਰ ਆ ਰਹੇ ਨੇ ਜੀ। ਆਪਾਂ 65 ਮਲੇਸ਼ੀਆ ਸਿੰਗਾਪੁਰ ਲੱਗਦਾ ਡ੍ਰੌਪ ਹੋ ਗਈ। ਅੱਛਾ ਜੀ, ਹਾਂਜੀ। ਸੋ ਦੋਸਤੋ, ਤੁਸੀਂ ਟੈਲੀਫੋਨ ਨੰਬਰ ਜਿਹੜੇ ਤੁਹਾਨੂੰ ਸਕਰੀਨ ਤੇ ਦਿਖਾਈ ਦੇ ਰਹੇ ਨੇ ਉਹ ਨੰਬਰ ਡਾਇਲ ਕਰਕੇ ਪ੍ਰੋਗਰਾਮ ਦਾ ਹਿੱਸਾ ਬਣ ਸਕਦੇ ਹੋ ਤੇ ਅਸੀਂ ਤੁਹਾਡੀਆਂ ਕਾਲਸ ਜਿਹੜੀਆਂ ਪ੍ਰੋਗਰਾਮ ਦੇ ਵਿੱਚ ਸ਼ਾਮਲ ਜ਼ਰੂਰ ਕਰਾਂਗੇ। ਤੁਹਾਨੂੰ ਕੀ ਲੱਗਦਾ ਜੀ ਕਿਹਦੀ ਸਰਕਾਰ ਆਊ ਪੰਜਾਬ 'ਚ? ਪੰਜਾਬ ਦੇ ਵਿੱਚ ਹੁਣ ਜਿਹੜਾ ਮਾਹੌਲ ਹੈ ਇਸ ਵੇਲੇ ਦਾ ਹੈਗਾ, ਉਹ ਜਿਹੜੀ ਲੋਕ ਦ੍ਰਿਸ਼ਟੀ ਹੈ ਨਾ ਉਹਦੇ ਤੋਂ ਜੇ ਆਪਾਂ ਅਨੁਮਾਨ ਲਾਉਣਾ ਹੋਵੇ ਤੇ ਮੈਨੂੰ ਲੱਗਦਾ ਵੀ ਕੋਈ ਉਹ ਪਾਰਟੀ ਆਏਗੀ ਜਿਨ੍ਹਾਂ ਨੇ ਪਹਿਲਾਂ ਕਦੇ ਸੱਤਾ ਦੇ ਵਿੱਚ ਮਤਲਬ ਸੱਤਾ ਦਾ ਆਨੰਦ ਨਹੀਂ ਉਹਨਾਂ ਨੇ ਹਾਂ ਅਜਮਾਇਸ਼ ਉਹਨਾਂ ਦੀ ਨਹੀਂ ਹੋਈ, ਤੇ ਉਹ ਪਾਰਟੀ ਹੈ ਜਿਹੜੀ ਉਹ ਆਮ ਆਦਮੀ ਪਾਰਟੀ ਵੀ ਹੋ ਸਕਦੀ ਹੈ, ਕੋਈ ਹੋਰ ਫਰੰਟ ਵੀ ਹੋ ਸਕਦਾ ਹੈ। ਪਰ ਹਾਲ ਦੀ ਘੜੀ ਤਾਂ ਕਹਿਣਾ ਔਖਾ ਹੈ, ਪਰ ਆਮ ਆਦਮੀ ਪਾਰਟੀ ਦੇ ਕਾਫੀ ਚਾਂਸਸ ਲੱਗ ਸਕਦੇ ਆ, ਚਾਹੀਦੇ ਵੀ ਜੀ। ਸਤਿ ਸ੍ਰੀ ਅਕਾਲ ਜੀ, ਹੈਲੋ। ਹਾਂਜੀ ਸਤਿ ਸ੍ਰੀ ਅਕਾਲ ਇੰਦੀ ਭਾਜੀ। ਸਤਿ ਸ੍ਰੀ ਅਕਾਲ ਜੀ, ਕੌਣ ਤੇ ਕਿੱਥੋਂ ਭਾਜੀ ਬੋਲਦੇ? ਹਾਂਜੀ ਹਾਂਜੀ ਸਿੰਗਾਪੁਰ ਤੋਂ ਬੋਲ ਰਿਹਾ ਭਾਜੀ। ਹਾਂਜੀ, ਕੀ ਕਹਿਣਾ ਚਾਹੁੰਦੇ ਵੀਰੇ? ਕੋਈ ਨਹੀਂ, ਬਸ ਤੁਹਾਨੂੰ ਗੱਲ ਕਰਨ ਦਾ ਮਨ ਸੀ ਤੁਹਾਡੇ ਨਾਲ, ਫੋਨ ਕਰ ਲਿਆ। ਅੱਛਾ ਅੱਛਾ। ਹੋਰ ਮੇਰੀ ਕਹਾਣੀ ਬਿਲਕੁਲ ਤੁਹਾਡੇ ਨਾਲ ਦੀ ਆ, ਕਾਫੀ ਸਟਰਗਲ ਆ। ਹਾਂਜੀ ਹਾਂਜੀ। ਸੋ ਹਾਂਜੀ, ਕਿਸ ਟੌਪਿਕ ਤੇ ਗੱਲ ਕਰ ਰਹੇ ਵੈਸੇ ਤੁਸੀਂ ਅੱਜ? ਤੁਸੀਂ ਆਪਣੇ ਵਿਚਾਰ ਸਾਂਝੇ ਕਰ ਸਕਦੇ ਆ ਜੇ ਕੁਝ ਹੈ। ਅਸੀਂ ਤਾਂ ਕਾਫੀ ਗੱਲਾਂ ਕਰ ਲਈਆਂ ਜੀ, ਟੌਪਿਕ ਤਾਂ ਅਸੀਂ ਕਾਫੀ, ਹੁਣ ਪੰਜਾਬ ਦੀ ਸਿਆਸਤ ਬਾਰੇ ਗੱਲ ਹੋ ਰਹੀ ਸੀ ਪਹਿਲਾਂ ਕਰੋਨਾ ਤੇ ਕੀਤੀ ਆ, ਤੇ ਫਿਰ ਹੁਣ ਸਾਡੇ ਇੱਥੇ BC ਦਾ ਹਾਲ ਜਿਹੜਾ ਸੁਧਰ ਰਿਹਾ, ਇੱਥੇ ਕੇਸਿਸ ਘਟ ਰਹੇ ਨੇ ਡੇ ਬਾਈ ਡੇ, ਉਹਦੇ ਤੇ ਵੀ ਗੱਲ ਹੋਈ ਆ। ਤੁਸੀਂ ਆਪਣੀ ਸਟਰਗਲ ਬਾਰੇ ਵੀ ਸਾਨੂੰ ਦੱਸ ਸਕਦੇ ਹੋ। ਓਕੇ ਓਕੇ। ਸੋ ਆਪਾਂ ਤਾਂ ਮੈਂ ਲਾਈਕ ਇਨ 2006 ਮੈਂ ਗਿਆ ਸੀਗਾ ਹਾਂਗਕਾਂਗ, ਦੈਨ ਉੱਥੋਂ ਫਿਰ ਵਾਪਸ ਆਇਆ ਇੰਡੀਆ, ਫਿਰ 2012 ਫਿਰ ਕੀੜਾ ਉੱਠਿਆ, ਫਿਰ ਮਲੇਸ਼ੀਆ ਪਹੁੰਚ ਗਿਆ, ਤੇ ਫਿਰ ਉਸ ਤੋਂ ਬਾਅਦ ਫਿਰ ਲਾਈਕ ਉੱਥੇ ਸਟੂਡੈਂਟ ਵੀਜ਼ਾ ਅਪਲਾਈ ਕੀਤਾ, ਤੇ ਸਟੂਡੈਂਟ ਵੀਜ਼ਾ ਬਸ ਐਸੇ ਕਰਦੇ ਕਰਾਉਂਦੇ ਫੀਸਾਂ ਫੂਸਾਂ ਪੂਰੀਆਂ ਕੀਤੀਆਂ, ਫਿਰ ਜੌਬ ਲੱਭਣੀ ਸ਼ੁਰੂ ਕਰਤੀ ਜੀ, ਕਰਕੇ ਜੌਬ ਮਿਲੀ ਉੱਥੇ, ਤੇ ਫਿਰ ਕਰਦੇ ਕਰਾਉਂਦੇ ਹੁਣ ਆਪਾਂ ਸਿੰਗਾਪੁਰ ਤੇ ਸੈਟਲ ਹੈਗੇ ਆ। ਲਾਈਕ ਇਟਸ ਬੀਇੰਗ ਅ ਵੈਰੀ ਵੈਰੀ ਯੂ نو ਲੌਂਗ ਜਰਨੀ। ਮਲੇਸ਼ੀਆ ਪਹਿਲਾਂ ਕੁਵੈਤ। ਹਾਂਜੀ ਇੱਕ ਮਿੰਟ ਵੀਰ ਜੀ, ਸਿੰਗਾਪੁਰ ਤਾਂ ਬਹੁਤ ਵਧੀਆ ਕੰਟਰੀ ਅਸੀਂ ਸੁਣਦੇ ਆ, ਮਲੇਸ਼ੀਆ ਕਿਦਾਂ ਦਾ ਐਕਸਪੀਰੀਅੰਸ ਰਿਹਾ ਤੁਹਾਡਾ? ਹਾਂਜੀ, ਸਿੰਗਾਪੁਰ ਦੀ ਮੈਨੇਜਮੈਂਟ ਗਵਰਨਮੈਂਟ ਦੀ ਬਹੁਤ ਜ਼ਿਆਦਾ ਵਧੀਆ ਆ, ਮਤਲਬ ਐਸ ਕੰਪੇਅਰ ਟੂ ਐਨੀ ਕੰਟਰੀ ਇਨ ਦਾ ਵਰਲਡ, ਇਹੀ ਸੁਣਦੇ ਆ। ਤੇ ਇਹ ਮਤਲਬ ਸੇਫੈਸਟ ਸਿਟੀ ਇਸ ਟਾਈਮ ਵਰਲਡ ਦੀ, ਸਭ ਤੋਂ ਸੇਫੈਸਟ ਸਿਟੀ ਅਗਰ ਆਪਾਂ ਮੰਨੀਏ ਤਾਂ ਸਿੰਗਾਪੁਰ ਹੀ ਹੈ। महंगा भी बहुत है जी सिंगापुर हांगकांग बंदे दा रहन सहन बहुत महंगा। हाँ जी हाँ जी मतलब हिसाब ला लो तुसीं एक रूम दा $1000 किराया पै जांदा। हां जी ते ਵਧੀਆ ਲੱਗਿਆ ਜੀ ਮਿਲ ਕੇ ਤੁਹਾਨੂੰ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਤੁਸੀਂ ਟੈਲੀਫੋਨ ਕੀਤਾ ਬਹੁਤ ਬਹੁਤ ਮਿਹਰਬਾਨੀ ਤੁਹਾਡੀ। ਨਹੀਂ ਇੰਦੀ ਭਾਈ ਬਹੁਤ ਵਧੀਆ ਕੰਮ ਕਰਦੇ ਤੁਸੀਂ ਕੰਟੀਨਿਊ ਥੈਂਕ ਯੂ ਸ਼ੁਕਰੀਆ ਕਾਲ ਕਰਨ ਲਈ ਧੰਨਵਾਦ। ਹਾਂ ਜੀ ਓਕੇ ਆਲ ਰਾਈਟ ਹਾਂ ਜੀ ਕੋਈ ਚੱਕਰ ਨਹੀਂ ਇਹ ਡਾਇਲੌਗ ਕਾਫੀ ਵਰਤਿਆ ਜਾਂਦਾ ਤੁਸੀਂ ਵੀ ਕਾਫੀ ਕਹਿੰਦੇ ਹੋ ਇਹਦਾ ਕੀ ਮਤਲਬ ਹੁੰਦਾ ਕੋਈ ਚੱਕਰ ਨਹੀਂ ਜੀ ਮਤਲਬ ਭਾਈ ਲਾਪਰਵਾਹ ਹੋ ਜਾਓ ਕੋਈ ਚੱਕਰ ਹੀ ਨਹੀਂ ਆਪਾਂ ਹੈਗੇ ਆ। ਅੱਛਾ ਕੋਈ ਚੱਕਰ ਨਹੀਂ ਸਾਨੂੰ ਕੀ दो चार चीज़ां मतलब सानू कोई चक्कर नहीं है मतलब भी कोई किसी भी तरह का चक्कर तुहानू पै नहीं सकदा जिहड़ी कोई भी बलबलेवा तुसीं जे कोई पै भी जांदा चक्कर ते ओहदे विचों निकल जाओगे। इहदा मतलब यही होया ना सिद्ध पदरे लफजां। हां जी अच्छा मलेशिया दी ये गल कर रहे सीगे कहते उत्थे भी रहे ने उत्थे भी ये गए ने। मैं शायद पहला भी काफ़ी देर पहला ये किते गल सांझी कीती होनी है आपां पंजाबी बोली दी गल कर रहे सीगे। हां जी मलेशिया दे विच मेरे जानकार ने एक वो उत्थे गए हुए सीगे उन्हां दे कोई रिश्तेदार सी वो कहंदे असीं टैक्सी दे विच बैठे ते बैक सीट ते एक पंजाबी दा अपना न्यूज़पेपर पिया सी न्यूजीलैंड तो आ रही जी गल। हां जी चक लिए पहला जा। हां जी आपां गल इत्थों शुरू कर लांगे। हां जी जी हेलो जी संजय टीवी सत श्री अकाल जी। हेलो सत श्री अकाल भाजी। हां जी कित्थों बोलदे वीरे भाजी मैं अमन बोलदा पिया न्यूजीलैंड तो। हां जी की कहना चाहुंदा जी गल कर रहे हैं कि अपने पंजाब की राजनीति बारे। हाँ जी ते मैं एक तुहानू एक गल दसना भी चाहना ते तुहाडे कोल एक सुजैशन भी लेना चाहना कि जिदा देखो कि एक सिद्धू भाजी भी बोलते आ खैरा साहब भी बोलते आ इंदिरा गांधी भी आ ਇੱਕ ਆਪਣਾ ਦੀਪ ਸਿੱਧੂ ਵੀ ਆ ਲੱਖਾ ਸਿਧਾਣਾ ਵੀ ਆ ਇਹ ਸਾਰੇ ਬੰਦੇ ਚਾਹੁੰਦੇ ਤੇ ਪੰਜਾਬ ਦਾ ਭਲਾ ਹੀ ਆ। ਹਾਂਜੀ ਇਹ ਵੱਖਰੋ ਵੱਖਰੀ ਕਿਉਂ ਲੜਦੇ ਆ ਇਹ ਇਕੱਠੇ ਇੱਕ ਥਾਂ ਤੇ ਰਲ ਕੇ ਕਿਉਂ ਨਹੀਂ ਲੜਦੇ ਪਏ। ਬਹੁਤ ਵਧੀਆ ਸਵਾਲ ਭਾਜੀ। ਜੇ ਚਾਹੁੰਦੇ ਪੰਜਾਬ ਦਾ ਭਲਾ ਵਾ ਤੇ ਫਿਰ ਇਹ ਸਾਰੇ ਇੱਕ ਮੰਚ ਤੇ ਇਕੱਠੇ ਕਿਉਂ ਨਹੀਂ ਆਉਂਦੇ ਬੈਂਸ ਖੈਰਾ ਗਾਂਧੀ ਸਿੱਧੂ ਦੀਪ ਲੱਖਾ। ਹਾਂਜੀ ਇਹ ਤੁਸੀਂ ਮੇਰੀ ਗੱਲ ਉਹਨਾਂ ਤੱਕ ਪਹੁੰਚਾਓ ਕਿਸੇ ਤਰੀਕੇ ਨਾਲ ਜਾਂ ਕਿਸੇ ਨੂੰ ਪੁੱਛੋ ਕਿਸੇ ਆਪਣੇ ਵੱਡੇ ਸਲਾਹਕਾਰ ਨੂੰ। भाजी मैं भी वैसे एक दिन मुद्दा रखा सवाल तो मैनू भी बहुत तंग करता आ देखो जे अपना मेन मकसद पंजाब दा भला वा ते फिर रल के लड़ाई करन दा मतलब ना करन दा फिर मकसद की आ मतलब जे आपां इकट्ठे नहीं होना फिर इहदा मतलब कि आपां अपनी अपनी कुर्सी प्यारी आ अपनी अपनी ईगो प्यारी आ। हां जी ठीक है भाजी। हां जी हां जी ਧੰਨਵਾਦ ਤੁਹਾਡਾ ਬਹੁਤ ਬਹੁਤ ਭਾਈ ਥੈਂਕ ਯੂ ਵੀਰੇ ਸ਼ੁਕਰੀਆ ਕਾਲ ਤੇ ਸੱਚ ਟਾਈਮ ਕਿੰਨਾ ਹੋਇਆ ਜੀ ਉੱਥੇ ਨਿਊਜ਼ੀਲੈਂਡ ਭਾਈ 2:30 ਵਜੇ ਦੁਪਹਿਰ ਦੇ ਹੀ। ਅੱਛਾ 2:30 ਸ਼ੁਕਰੀਆ ਵੀਰੇ ਧੰਨਵਾਦ ਧੰਨਵਾਦ ਭਾਜੀ ਧੰਨਵਾਦ ਮੈਡਮ ਥੈਂਕ ਯੂ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਤੁਸੀਂ ਆਏ ਹੋ ਪ੍ਰੋਗਰਾਮ 'ਚ ਦੇਖੋ ਇਹਦਾ ਜਿਹੜਾ ਸਭ ਤੋਂ ਵੱਡਾ ਕਾਰਨ ਹੈ ਉਹ ਇਹੀ ਹੈ ਕਿ ਆਪੋ ਤਾਪ ਹੈ ਜਿਹੜੀ ਖਾਸ ਕਰ ਜਦੋਂ ਨਾ ਚਮਕਾਉਣ ਦੀ ਗੱਲ ਹੋਵੇ ਉਦੋਂ ਹੁਣ ਦੀਪ ਸਿੱਧੂ ਹੋਰੀ ਹੁਣ ਦੇਖੋ ਜੇਲ੍ਹ ਚੋਂ ਆਏ ਨੇ ਬਾਹਰ ਆ ਕੇ ਫਿਰ ਉਹਨਾਂ ਨੇ ਉਹੀ ਵੀਡੀਓ ਬਣਾਉਣੀਆਂ ਸ਼ੁਰੂ ਕਰਤੀਆਂ ਉਸੇ ਤਰ੍ਹਾਂ ਦੀਆਂ ਹੀ ਉਸੇ ਤਰ੍ਹਾਂ ਦੀ ਗੱਲਬਾਤ ਹੈ ਉਹਨਾਂ ਦੀ ਉਹੀ ਉਹਨਾਂ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨਾਲ ਉਹਨਾਂ ਦਾ ਪਤਾ ਨਹੀਂ ਕੀ ਝਗੜਾ ਇੱਕ ਵੀਡੀਓ ਉਹ ਪਾ ਦਿੰਦੇ ਨੇ ਕਿਉਂਕਿ ਉਹ ਵੀ ਮਾਹਰ ਨੇ ਇਸ ਗੱਲ ਦੇ ਵਿੱਚ ਜਵਾਬ ਦੇਣ ਦੇ ਵਿੱਚ ਉਹ ਗੁਰਬਾਣੀ ਦੀ ਵਿਆਖਿਆ ਤਾਂ ਘੱਟ ਕਰਦੇ ਨੇ ਮੇਰੀ ਇਸ ਗੱਲ ਤੇ ਉਹਨਾਂ ਨਾਲ ਹਮੇਸ਼ਾ ਹੀ तकरार रहिंदा कि गुरबाणी की व्याख्या उन्होंने करनी चाहिए है वध पर होर गल्लां बातां ने जिहड़ियां उन्हां नूं बहुत वधा चढ़ा के तुसीं सिद्धू ते ढड्डरियां वाले बारे कहा उन्हां दे जिहड़े प्रशंसक है उन्हीं तुहाडे नाल गुस्से हो जाना नहीं गुस्से नहीं जी मैं जिहड़ी गल है उही कर रही हां कोई नहीं गुस्से भी अपने हुंदे ने नाराज भी अपने ही हुंदे आ ਤਰਕ ਵਿਚਾਰਾਂ 'ਚ ਮਤਭੇਦ ਰੱਖਿਆ ਕਰੋ ਆਪਣੇ ਲੋਕ ਦਿਲਾਂ 'ਚ ਮਤਭੇਦ ਰੱਖਣ ਲੱਗ ਪੈਂਦੇ ਆ ਹੁਣ ਮੇਰੇ ਕਈਆਂ ਨਾਲ ਨਹੀਂ ਮਿਲਦੇ ਤਰਕ ਵਿਚਾਰ ਭਈ ਮਤਭੇਦ ਦਿਲਾਂ 'ਚ ਕਿਉਂ ਰੱਖਣਾ ਗਾਲੀ ਗਲੋਚ ਤੇ ਉੱਤਰੇ ਆਉਂਦੇ ਆ ਨਹੀਂ ਗਾਲੀ ਗਲੋਚ ਦੀ ਸ਼ਬਦਾਵਲੀ ਸਹੀ ਹੋਣੀ ਚਾਹੀਦੀ ਆ ਤਰਕ ਨਾਲ ਗੱਲ ਕੀਤੀ ਜਾਵੇ ਤੇ ਉਹਦੇ ਵਿੱਚੋਂ ਕੁਝ ਨਾ ਕੁਝ ਅਸੀਂ ਜ਼ਰੂਰ ਕੱਢ ਸਕਦੇ ਹੁੰਨੇ ਆ ਸੋ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਦੀਪ ਸਿੱਧੂ ਹੋਰਾਂ ਨੂੰ ਹੁਣ ਇੱਕ ਵਾਰੀ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਦੇ ਆਗੂ ਨੇ ਜਿਹੜੇ ਉਹਨਾਂ ਨਾਲ ਵਿਚਾਰ ਵਟਾਂਦਰਾ ਕਰਨਾ ਚਾਹੀਦਾ ਸੀ ਹੁਣ ਬਾਹਰ ਆ ਕੇ ਜੇ ਫਿਰ ਉਹੀ ਵੀਡੀਓ ਪਾਉਣੀਆਂ ਨੇ ਉਹਨਾਂ ਦੇ ਖਿਲਾਫ ਹੀ ਬੋਲਣਾ ਤੇ ਫਿਰ ਤਾਂ ਕੋਈ ਗੱਲ ਤਾਂ ਉੱਥੇ ਹੀ ਆ ਕਿਉਂ ਨਹੀਂ ਦਿੱਲੀ ਗਿਆ ਜੀ ਹੈ ਜੀ ਦਿੱਲੀ ਕਿਉਂ ਨਹੀਂ ਜਾ ਰਿਹਾ ਇਹੋ ਹੀ ਆਪਾਂ ਸਵਾਲ ਪੁੱਛਦੇ ਆ ਨਾ ਫਿਰ ਵੀ ਜੇ ਤੁਸੀਂ ਆਲੇ ਦੁਆਲੇ ਤੁਰੇ ਫਿਰਨਾ चलो लखा सिधाणा दी असीं गल करिए, पिंड पिंड जाके घट्टो घट्ट लोकां नूं लामबंद तां कर रहा, लोकां नूं जागृत कर रहा, लोग बहुत वड्डी गिणती च मगर ने। मैं वीडियो उन्हां दी लेटेस्ट देख रही सीगी, चंगी गल है, चलो जागृत करदे रहना चाहीदा। एक साडे कंवर गरेवाल भी लगे होए, कंवर गरेवाल चीमा, हां ये सारे जस बाजवा मुंडा ये सारे लगे हुए ने, पहले दिनों लगे हुए ने और काफी उथे गए, कई तो जुगनू बन गए, ठीक है ना, वो मुड़ के दिसे नहीं किते। कईयां नूं इह सीगा भी चलो हुण वगदी गंगा च हथ धो लै जाण, है ना, उन्होंने धोते भी है। पर गल इह आ देखण वाली कि सच्ची मुच्ची किहड़े किहड़े बंदे नाल ने, है ना, इन्हां ने काफ़ी नां लए आ जिहड़े सारे बंदियां दे। भला तां मन्नीए असीं भी वो भला चाहुंदे आ जे वो इकट्ठे हो सकण, है ना, ਇਹਦਾ मतलब भी किते ना किते राजनीति वो खेड रहे हैं सारे, है ना, उन्होंने ऐ लगता भी मेरा चेहरा जिहड़ा वो अगे आना चाहिए, अगे दिखना चाहिए। सो ये गलत है, जे वो सच्ची मुच्ची वाकई भला चाहुंदे है पंजाब दा ते भारत दी तां गल बाद च आउंदी है, पंजाब दी आपां गल कर लईए ते फिर उन्हां नूं इकट्ठे होण दी इक प्लेटफॉर्म ते जरूर है। इसी गल्लों जी गोरे जिहड़े उन्हां दे मुल्क हुण तुसीं देख सकदे आ, अमरीका रशिया वर्ल्ड वार च इकट्ठे हो के जर्मन विरुद्ध लड़े, फिर एक दूजे नाल लड़ पए, मतलब जिथे मतलब हुंदा हो जांदे आ इकट्ठे। सानू पंजाबीआं नूं भी इदां ही चाहीदा भी जिथे साडा मकसद इक आ, है ना, भई हो जाना चाहीदा। बिल्कुल। अच्छा, वो गल मैं विचकार मलेशिया वाली वो मैं पूरी करना चाहनी है क्योंकि बड़ी पते दी गल है। ਉਹ ਕਹਿੰਦੇ ਵੀ ਅਸੀਂ ਨਾ ਬੈਕ ਸੀਟ ਤੇ ਟੈਕਸੀ ਦੇ ਵਿੱਚ ਅਸੀਂ ਬੈਠੇ ਤੇ ਇੱਕ ਪੰਜਾਬੀ ਦਾ ਮੈਗਜ਼ੀਨ ਪਿਆ ਸੀ, ਨਿਊਜ਼ਪੇਪਰ ਪਿਆ ਸੀਗਾ। ਕਹਿੰਦੇ ਅਸੀਂ ਉਹ ਮੁੰਡੇ ਨੂੰ ਪੁੱਛਿਆ ਜਿਹੜਾ ਟੈਕਸੀ ਡਰਾਈਵਰ ਸੀ ਵੀ ਤੈਨੂੰ ਕਿੰਨਾ ਚਿਰ ਹੋ ਗਿਆ ਇੱਥੇ ਰਹਿੰਦੇ ਨੂੰ, ਉਹ ਕਹਿੰਦਾ ਮੈਂ ਜੰਮਿਆ ਹੀ ਇੱਥੇ ਆ। ਅੱਛਾ ਜੀ। ਤੇ ਉਹ ਕਹਿੰਦੇ ਵੀ ਤੂੰ ਪੰਜਾਬੀ ਪੜ੍ਹ ਲੈਣਾ, ਕਹਿੰਦਾ ਜੀ ਨਹੀਂ। ਕਹਿੰਦਾ ਫਿਰ ਤੇਰੀ ਟੈਕਸੀ ਦੇ ਵਿੱਚ ਪੰਜਾਬੀ ਦਾ ਅਖਬਾਰ ਕਿਉਂ? ਅੱਛਾ ਜੀ। ਉਹ ਕਹਿੰਦਾ ਸਾਡੇ ਇੱਥੇ ਛਪਦਾ, ਮੈਂ ਇਸ ਕਰਕੇ पैसे दे के खरीदना हर वारी ताकि ये चलता रहे, बंद ना होवे। कहंदा मैनू पढ़ना बेशक नहीं आउंदा पर मैं इस करके खरीददा इहनू कि ये न्यूज़पेपर बंद नहीं होना चाहिए, मेरी जुबान दा है, मेरी पंजाबी भाषा नूं ये प्रमोट करदा है। और मेरी अखां चों अथरू आ गए उदों, मैं हुण भी जज्बाती हो रही हां। कई लोग इदां दी सोच रखण वाले भी हैगे आ। सो साडी पंजाबी बोली दे प्रति असीं रहीए जिथे मर्जी, असीं खाईए जिद्दां दा मर्जी, असी पहनीए जिदा का मर्जी, पर किते ना किते असी पहचाने जाने हैं। पर अपनी बोली ते सानू हमेशा फखर होना चाहिए, माण होना चाहिए। अपने बच्चों नू घरां दे विच पंजाबी जरूर सिखाओ क्योंकि अंग्रेजी तो वांझे कदे भी नहीं रहणगे, वो उन्हां नू आ ही जाणी है, सिख ही लैणी है। सच लै मैनू चेता आ गया इंसीडेंट अज सवेरे मेरे नाल होया। मैं अपने रेडियो लई जा रहा सी ना बस च सवेरे ते 319 नंबर ते उत्थे एक जिद्दां तुहानू पता भी बस दीयां सीटां हुंदियां ते मोहरे सीटां हुंदियां मतलब बजुर्गां लई, उत्थे बाबा जी बैठे पंजाबी, उन्हां दी जेब चों गोलियां दी डब्बी, है ना, उन्हां दी होनी मेडिसन दी कोई, ओ डिग के सीट ते डिग पई, है ना, ते एक कुड़ी नाल ही बैठी सी इदां सीट ते पंजाबी अपनी, ते मैं देखी गया, मैं कहा चलो देखी पहला ये की करदी आ। ओ बाबा जी नू करी जावे एक्सक्यूज मी, चलो एक उन्हां दी बजुर्ग वास्ता एक उन्हां नू घट सुणदा होऊ, है ना, ते मतलब भई ਤੂੰ ਸਿੱਧਾ ਪੰਪਈ ਸਾਹਿਬ ਦੀ ਦਾ ਵੀ ਬਾਬਾ ਜੀ ਨੂੰ ਕਿੱਥੋਂ ਪਤਾ ਲੱਗਦਾ ਹੋਣਾ ਵੀ ਐਕਸਕਿਊਜ਼ ਮੀ ਕਿਹਨੂੰ ਕਹਿ ਰਹੀ ਆ ਬਈ ਪੰਜਾਬੀ ਚ ਕਹਿੰਦੇ ਵੀ ਬਾਬਾ ਜੀ ਇਹ ਤੁਹਾਡੀ ਡੱਬੀ ਡਿੱਗ ਪਈ ਇਦਾਂ, ਹਨਾ। ਮੈਨੂੰ ਬੜਾ ਬੈਡ ਫੀਲ ਹੋਇਆ, ਮੈਂ ਕਿਹਾ ਯਾਰ ਮਤਲਬ ਕਈ ਵਾਰੀ ਕਿਹਾ ਐਕਸਕਿਊਜ਼ ਮੀ, ਹਨਾ, ਵੀ ਮਤਲਬ ਉਹਨਾਂ ਨੂੰ ਫਿਰ ਉਹਨਾਂ ਨੂੰ ਥੋੜੋ ਲੱਗਿਆ ਹੋਣਾ ਵੀ ਮੈਨੂੰ ਕਹਿ ਰਹੀ ਹੈ ਜਾਂ ਜੋ ਵੀ ਆ। ਫਿਰ ਜਦੋਂ ਉੱਠੇ ਉਹਨਾਂ ਦੀ ਡੱਬੀ ਡਿੱਗ ਪਈ, ਫੇਰ ਉਹ ਬੈਠੀ ਬੈਠੀ ਕਰੀ ਜਾਵੇ ਐਕਸਕਿਊਜ਼ ਮੀ। ਮੈਂ ਕਿਹਾ ਇੰਨੀ ਕੁਝ ਕਰਨਾ, ਮੈਂ ਚੱਕ ਕੇ ਫੜਾਤੀ, ਡਰਦੀ ਨਹੀਂ ਹੋਣੀ ਵੀ ਡੱਬੀ ਚ ਉਹਨਾਂ ਦੇ ਹੱਥ ਲੱਗੇ ਆ ਜੋ ਵੀ, ਹੈ ਨਾ, ਕਰੋਨਾ ਦਾ ਵੀ ਡਰ ਵੀ ਕਾਫੀ ਚੱਲ ਰਿਹਾ ਨਾ। ਪਰ ਮੈਂ ਦੇਖਿਆ ਵੀ ਕਾਫੀ ਬੱਚੇ ਇਦਾਂ ਦੇ ਵੀ ਹੈਗੇ ਆ ਜਿਹੜੇ ਹੁਣ ਤੁਸੀਂ ਕਿਤੇ ਡਾਕਟਰ ਦੇ ਆਫਿਸ ਚ ਚਲੇ ਜਾਓ, ਬੈਂਕ ਚ ਚਲੇ ਜਾਓ, ਕਿਤੇ ਵੀ ਚਲੇ ਜਾਓ, ਕਿਸੇ ਸਟੋਰ ਚ ਚਲੇ ਜਾਓ, ਸ਼ਾਪਿੰਗ ਮਾਲ ਚ, ਉੱਥੇ ਪੰਜਾਬੀ ਬੱਚੇ ਨੇ ਜਿਹੜੇ ਕਈ ਉਹ ਤੁਹਾਨੂੰ ਦੇਖ ਕੇ ਪੰਜਾਬੀ ਵੀ ਬੋਲਦੇ ਆ, ਕਈ ਇਦਾਂ ਦੇ ਵੀ ਹੈਗੇ ਆ। ਜਾਂ ਤਾਂ ਫਿਰ ਉਹ ਘਰੋਂ ਉਹਨਾਂ ਨੂੰ ਸੰਸਕਾਰ ਹੀ ਉਦਾਂ ਦੇ ਮਿਲੇ ਹੋਏ ਨੇ, ਠੀਕ ਹੈ ਨਾ, ਚੰਗੇ ਮਾਪਿਆਂ ਨੇ ਚੰਡੇ ਹੋਏ ਆ, ਦੱਸਿਆ ਹੋਇਆ ਵੀ ਪੰਜਾਬੀ ਬੋਲੀ ਆ ਜਿਹੜੀ ਇਹ ਸਾਡਾ ਫਖਰ ਹੈ, ਸਾਡੇ ਸਿਰ ਦਾ ਤਾਜ ਹੈ ਔਰ ਸਾਨੂੰ ਇਹਨੂੰ ਬਰਕਰਾਰ ਰੱਖਣਾ ਪੈਣਾ, ਰੱਖਣਾ ਚਾਹੀਦਾ ਵੀ ਹੈ ਔਰ ਇਹ ਚੰਗੀ ਗੱਲ ਹੈ। ਖੈਰ ਆਪਾਂ ਹੋਰ ਵੀ ਇਹਦੀ ਗੱਲਾਂ ਬਾਤਾਂ ਜਿਹੜੀਆਂ, ਇੱਕ ਮਸਲਾ ਜਿਹੜਾ ਹੋਰ ਬੜਾ ਭਖਿਆ ਹੋਇਆ, ਹਾਂਜੀ, ਐਲੋਪੈਥੀ ਦਾ, ਹਾਂਜੀ, ਰਾਮਦੇਵ ਵਾਲਾ, ਉਹ ਤੁਸੀਂ ਦੇਖੋ ਬਿਆਨ ਦੇ ਦੇਣਾ ਐਲੋਪੈਥੀ ਦੇ ਬਾਰੇ ਵੀ ਇਹ ਕੁਝ ਨਹੀਂ। ਹਾਲਾਂਕਿ ਪਹਿਲਾਂ ਜਦੋਂ ਆਕਸੀਜਨ ਦੀ ਘਾਟ ਦਾ ਉੱਥੇ ਇੰਨਾ ਜ਼ਿਆਦਾ ਰੌਲਾ ਪਿਆ ਹੋਇਆ ਸੀ लोग बिलक रहे सी, लोग कुरला रहे सी, रो रहे सी, जिन्हां दे घर दे मैंबर ऑक्सीजन की घाट करके चले गए उन्हां नूं तां कदे भी नहीं भुलना, ठीक है ना। उदों भी इस योगा बाबा जिहड़ा रामदेव है इन्हें बाहर बैठ के ते एक पास्यों नक अपना बंद करके ते साह खिच के उपर नूं ते कहिंदा सी वी ਇਹ ਪਤਾ ਨਹੀਂ ਮੈਨੂੰ ਤਾਂ ਸਮਝ ਨਹੀਂ ਆ ਰਹੀ ਵੀ ਇਹ ਕਿਹੜੀਆਂ ਗੱਲਾਂ ਕਰਦੇ ਆ। ਵੀ ਰੱਬ ਦੇ ਸਿਲੰਡਰ ਮਿਲੇ ਹੋ ਆ ਹੋਰਾਂ ਸਿਲੰਡਰਾਂ ਦੀ ਕੀ ਲੋੜ, ਹੋਰਾਂ ਦੀ ਕੀ ਲੋੜ। ਪਹਿਲਾਂ ਕਹਿੰਦਾ 1000 ਡਾਕਟਰ ਮਰ ਗਿਆ, ਫਿਰ ਕਹਿੰਦਾ 10000 ਮਰ ਗਿਆ। ਕਿਹਦਾ ਬਾਪ ਮੈਨੂੰ ਗ੍ਰਿਫਤਾਰ ਕਰ ਲੂ, ਕਿਸੇ ਦੀ ਸ਼ਹਿ ਤੇ ਹੀ ਬਿਆਨ ਦੇ ਰਿਹਾ। ਜੀ ਜੀ। ਸੋ ਬਾਹਰ ਬੈਠੋ ਤੁਸੀਂ ਆਕਸੀਜਨ ਦੀ ਘਾਟ ਕਿਵੇਂ ਹੋ ਜਾਊਗੀ ਐਦਾਂ ਉਦਾਂ। ਔਰ ਇਸ ਬੰਦੇ ਨੂੰ ਇਹ ਨਹੀਂ ਪਤਾ ਵੀ ਆਕਸੀਜਨ ਦੀ ਘਾਟ ਹੈ ਜਿਹੜੀ ਉਹ ਬੰਦੇ ਨੂੰ ਆਖਰੀ ਸਾਹਾਂ ਤੱਕ ਲੈ ਜਾਂਦੀ ਹੈ। ਉਦੋਂ ਫਿਰ ਇਹ ਤਾਜ਼ੀਆਂ ਹਵਾਵਾਂ ਕੁਝ ਵੀ ਹੈ ਬੂਹੇ ਬਾਰੀਆਂ ਖੋਲ ਦਿਓ ਕੰਮ ਨਹੀਂ ਆਉਂਦੇ। ਇੱਕ ਮੈਡੀਕਲ ਟਰਮ ਹੁੰਦੀ ਹੈ ਜਿਹੜੀ ਜਾਂ ਇਹ ਗੱਲਾਂ ਕਰਨ ਤੋਂ ਪਹਿਲਾਂ ਬਹੁਤ ਕੁਝ ਸੋਚਣ ਦੀ ਲੋੜ ਹੁੰਦੀ ਹੈ। ਮੇਰਾ ਖਿਆਲ ਹੈ ਕਿ ਬਾਬਾ ਰਾਮਦੇਵ ਨੇ ਉਸ ਤੋਂ ਬਾਅਦ ਜਿਹੜਾ ਬਿਆਨ ਦਿੱਤਾ ਐਲੋਪੈਥੀ ਵੀ ਨਾਂ ਦੀ ਕੋਈ ਚੀਜ਼ ਨਹੀਂ ਹੈ, ਇਹ ਕੋਈ ਕਾਰਗਰ ਦਵਾਈਆਂ ਨਹੀਂ। ਦਰਅਸਲ ਚੱਕਰ ਪਤਾ ਕੀ ਜੀ, ਇੰਡੀਆ 'ਚ ਕੋਈ ਵੀ ਬਾਤ ਚੱਕੇ ਪਹਿਲਾਂ ਸਟੂਡੈਂਟਾਂ ਨੇ JNU ਜਵਾਲਾ ਨਹਿਰੂ ਯੂਨੀਵਰਸਿਟੀ ਵਾਲਿਆਂ ਨੇ ਚੱਕੀ, ਉਹਨਾਂ ਨੂੰ ਕਿਹਾ ਗਿਆ ਤੁਸੀਂ ਪਾਕਿਸਤਾਨੀ ਆ ਪਾਕਿਸਤਾਨ ਚਲ ਜਾਓ। ਫਿਰ ਕਿਸਾਨਾਂ ਨੇ ਬਾਤ ਚੱਕੀ ਤੁਸੀਂ ਖਾਲਿਸਤਾਨੀ ਆ ਇੱਥੋਂ ਚਲ ਜਾਓ। ਹੁਣ ਡਾਕਟਰਾਂ ਨੇ ਚੱਕੀ ਜੀ, ਹੁਣ ਉਹਨਾਂ ਨੂੰ ਕਿਹਾ ਗਿਆ ਵੀ ਇਹ ਈਸਾਈ ਬਣਾ ਰਹੇ ਆ ਸਾਨੂੰ। ਹੁਣ ਜੀ ਈਸਾਈ ਵਰਸਸ ਹੋ ਗਿਆ ਵੀ ਮਤਲਬ ਕੋਈ ਨਾ ਕੋਈ ਲੂਤੀ ਲਾਈ ਦਿੰਦੇ ਆ। ਪਰ ਹੁਣ ਇਹ ਗੱਲ ਇੱਥੇ ਠੰਡੀ ਨਹੀਂ ਪੈਣੀ। ਹਾਂਜੀ। ਕਿਉਂਕਿ ਹੁਣ ਐਲੋਪੈਥੀ ਨਾ ਹੁੰਦੀ ਤੇ ਅੱਜ ਆਹ ਵੈਕਸੀਨ ਕਿੱਥੋਂ ਹੋਣੀ ਸੀ। ਹਾਂਜੀ ਹਾਂਜੀ। ਨਹੀਂ ਜੀ ਉਹ ਆਪ ਰਾਮਦੇਵ ਦੀਆਂ ਆਪਣੀਆਂ ਤਸਵੀਰਾਂ ਸਾਧ ਵੀ ਜਿਹੜੀ ਕਹਿੰਦੀ ਸੀ ਗਊਮੂਤਰ ਪੀਓ ਆਪ ਉਹ ਹਸਪਤਾਲਾਂ 'ਚ ਹੀ ਜਾਂਦੇ ਆ। ਫਿਰ ਇਹਦਾ ਜਿਹੜਾ ਮੇਨ ਬੰਦਾ ਬਾਲ ਕ੍ਰਿਸ਼ਨਨ ਇਹਦਾ ਜਿਹੜਾ ਸਾਰਾ ਕੁਝ ਸਾਂਭਦਾ ਉਹ ਆਪ ਹਸਪਤਾਲਾਂ 'ਚ ਫਿਰ ਕਿਉਂ ਜਾਂਦੇ ਆ, ਡਾਕਟਰਾਂ ਕੋਲ ਕਿਉਂ ਜਾਂਦੇ? ਉਹੀ ਤਾਂ ਹੈ ਜੀ ਸਾਰੀ ਦੁਨੀਆ। ਅੱਛਾ ਇੱਕ ਬੰਦਾ ਬਹੁਤ ਸਮਝਦਾਰ ਹੈ ਬਹੁਤ ਸਿਆਣਾ ਹੈ ਪਰ ਬਾਕੀ ਸਾਰੀ ਦੁਨੀਆ ਜਿਹੜੀ ਆ ਉਹ ਕਮਲੀ ਹੈ। ਇਹ ਗੱਲਾਂ ਨੇ ਜਿਹੜੀਆਂ ਸੋਚਣ ਵਿਚਾਰਨ ਵਾਲੀਆਂ ਹੁੰਦੀਆਂ ਨੇ ਪਰ ਉਹਨਾਂ ਦੇ ਪ੍ਰੋਡਕਟਸ ਨੇ ਜਿਹੜੇ ਇੰਨੀ ਗਿਣਤੀ ਦੇ ਵਿੱਚ ਆਪਣੇ ਕੋਲ। ਹਾਂਜੀ ਕਾਲਸ ਲੈ ਲਈਏ ਜੀ ਆਪਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਭਾਜੀ। ਹਾਂਜੀ ਕੌਣ ਤੇ ਕਿੱਥੋਂ ਭਾਜੀ? ਭਾਜੀ ਬਲਜਿੰਦਰ ਸਿੰਘ ਬੋਲਦਾ ਭਾਜੀ ਨਾਭੇ ਤੋਂ। ਹਾਂਜੀ ਕੀ ਕਹਿਣਾ ਚਾਹੁੰਦੇ ਪਟਿਆਲਾ ਜ਼ਿਲ੍ਹਾ। ਹਾਂਜੀ ਜੀ ਮੋਦੀ ਬਾਰੇ ਗੱਲ ਕਰਨੀ ਸੀ ਵੀ ਜਿਹੜਾ ਮੋਦੀ ਆਪਣਾ ਡਿਸਕਵਰੀ ਤੇ ਗਿਆ ਸੀ ਇਹ ਸੱਪ ਉਦੋਂ ਕਰੋਨਾ ਕੱਢ ਕੇ ਲੈ ਕੇ ਆਇਆ ਕੀ ਉਹ ਕਰਿਆ ਇਹਨੇ ਕਿੱਦਾਂ ਭਾਜੀ ਸਮਝਿਆ ਨਹੀਂ? ਨਹੀਂ ਮੋਦੀ ਉਹਦੇ ਨਾਲ ਨਹੀਂ ਤੇ ਗਿਆ ਡਿਸਕਵਰੀ ਤੇ ਇਹਨੇ ਇੱਕ ਵੀਡੀਓ ਬਣਾਈ ਸੀ ਉਹ ਜਿਹੜਾ ਉਹ ਤੇ ਉਹਨਾਂ ਹੁੰਦਾ ਸਰਵਾਈਵਲ ਕਿਹੜਾ ਉਹ ਆ ਸੱਪ ਸੁੱਪ ਜੇ ਫੜਦਾ ਵੀ ਜਾਂਦਾ ਹੁੰਦਾ ਉਹਦੇ ਨਾਲ ਇਹਨੇ ਵੀਡੀਓ ਬਣਾਈ ਨਹੀਂ ਸੀ ਇੱਕ ਇਹਨੇ ਉਹਦੇ ਇਲੈਕਸ਼ਨਾਂ ਤੋਂ ਪਹਿਲਾਂ ਰਿਲੀਜ਼ ਵੀ ਕਰਨੀ ਸੀ। ਹਾਂਜੀ। ਪਰ ਉਹ ਇਲੈਕਸ਼ਨ ਕਮਿਸ਼ਨ ਨੇ ਉਹ ਰਿਲੀਜ਼ ਨਹੀਂ ਹੋਣ ਦਿੱਤੀ ਸੀ ਵੀ ਇਹ ਸੱਪ ਉਦੋਂ ਦਾ ਕੱਢਿਆ ਹੋਇਆ ਇਹ ਕਰੋਨਾ ਵਾਲਾ ਤਾਂ ਕੋਈ ਉਹ ਇਹ ਤਾਂ ਜੀ ਉਹ ਜਾਣੇ ਜਾਂ ਉਸਦੇ ਜਿਹੜੇ ਪ੍ਰਸ਼ੰਸਕ ਆ ਉਹ ਜਾਣਨ। ਅੱਛਾ ਨਹੀਂ ਦੇਖੋ ਪਤਾ ਕਰੋ ਮਾੜਾ ਮੋਟਾ ਤੁਸੀਂ ਤਾਂ ਹੁਣ ਉਹ ਕਰਦੇ ਰਹਿੰਦੇ ਹੋ ਤੁਹਾਨੂੰ ਪਤਾ। ਹਾਂਜੀ ਹਾਂਜੀ। ਨਹੀਂ ਜੀ ਉਹ ਵੀ ਭਾਜੀ ਆ ਪਿਛਲੇ ਵੀਕ ਰਿਲੀਜ਼ ਹੋਈ ਅਮਰੀਕਾ ਦੀ ਖੁਫੀਆ ਏਜੰਸੀ ਨੇ ਰਿਲੀਜ਼ ਕੀਤੀ ਵੀ ਵੁਹਾਨ ਜਿਹੜੀ ਇਹਨਾਂ ਦੀ ਲੈਬ ਆ ਉਸ 'ਚ ਜਿਹੜੇ ਕੰਮ ਕਰਨ ਵਾਲੇ ਸੀ ਉਹ ਮਤਲਬ ਉਹ ਬਿਮਾਰ ਹੋ ਚੁੱਕੇ ਸੀ ਜਦੋਂ ਚੀਨ ਨੇ ਲੋਕਾਂ ਅੱਗੇ ਪੇਸ਼ ਕੀਤਾ ਇਹ ਕਹਿ ਕੇ ਵੀ ਮਾਰਕੀਟ ਚੋਂ ਨਿਕਲਿਆ ਮਾਰਕੀਟ ਨਹੀਂ ਜਿੱਥੇ ਇਹਨਾਂ ਦੀ ਲੈਬ ਆ ਆਪਣੀ ਸਰਕਾਰੀ ਉਸ ਚ ਜਿਹੜੇ ਕੰਮ ਕਰਨ ਵਾਲੇ ਉਹਨਾਂ ਨੂੰ ਹੋ ਚੁੱਕਾ ਸੀ ਕਰੋਨਾ। ਸੋ ਹੁਣ ਫੇਰ ਹੋ ਹੱਲਾ ਹੋਇਆ ਆ ਵੀ ਚੀਨ ਨੇ ਆਪ ਹੀ ਤਿਆਰ ਕੀਤਾ। ਮਿਹਰਬਾਨੀ ਵੀਰ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਕਾਲ ਡਿਸਕਨੈਕਟ ਕਰਕੇ ਆਪਾਂ ਇਧਰੋਂ ਵੀ ਅਟੈਂਡ ਕਰੀਏ। ਹੈਲੋ ਜੀ ਸੰਜੇ ਟੀਵੀ। ਹੈਲੋ ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਮੈਂ ਕਿਹਾ ਜੀ ਬਾਬਾ ਦਾ ਰਾਮਦੇਵ ਬਾਲੀਵੁੱਡ ਵਾਲਾ ਦਾ ਬੰਦਾ ਤੇ ਆਪਾਂ ਉਹਦਾ ਕੀ ਨਾਂ ਲੈਣਾ ਕਰੋੜਾਂ ਚ ਖੇਡਦੇ ਆ ਤਾਂ ਕਰੋੜਾਂ ਨਹੀਂ ਭਾਜੀ ਅਰਬਾਂ ਖਰਬਾਂ ਚ ਕਰੋੜਾਂ ਤਾਂ ਘੱਟ ਆ ਉਹੀ ਆਪਾਂ ਉਹਨਾਂ ਦਾ ਟਰਨਓਵਰ ਕਈ ਬਿਲੀਅਨ ਡਾਲਰਾਂ ਦਾ ਆ। ਹਾਂਜੀ ਹਾਂਜੀ। ਪਰ ਲੋਕਾਂ ਨੂੰ ਸੋਚਣਾ ਚਾਹੀਦਾ ਸਹੀ ਚ ਬੜਾ ਵਿਕਦਾ ਸੀ ਜੀ ਹਟ ਗਿਆ ਕਿ ਵਜੇ ਵੀ ਨਹੀਂ ਸਟੋਰ ਹੈਗੇ ਨੇ। ਮੈਂ ਕਹਿੰਦਾ ਜੀ ਇਹ ਤਾਂ ਸਾਰੀ ਬੰਦੀ ਚੰਗੇ ਰਹਾਂਗੇ ਟੀਵੀ ਤੇ ਆਪਾਂ ਆ ਕੇ ਕੀ ਕਰਦੇ ਆ ਸਾਹ ਸੂਝ ਬਚ ਕੇ ਤੇ ਵਧੀਆ ਰਹਾਂਗੇ ਸਭ ਤੋਂ ਵਧੀਆ ਜੀ ਸਭ ਤੋਂ ਵਧੀਆ ਨਾਲੇ ਦੇਸੀ ਘੇ ਦੀਆਂ ਚੋਪੜੀਆਂ ਅੱਗੇ ਦੂਜਾ ਸੀਗਾ ਆਰਾਮ ਹੀ ਤਾਂ ਉਹ ਵੇਖ ਲਓ ਜਿੰਨੇ ਪੈਸੇ ਤੇ ਉਹ ਖੇਡੀ ਜਾਂਦਾ ਲੋਕੀ ਪਾਗਲ ਹੋ ਜਾਂਦੇ ਬੰਦੀ ਜਾਂਦੇ। ਹਾਂਜੀ ਹਾਂਜੀ। ਹਾਂ ਪਰ ਲਾਣਤਾਂ ਵੀ ਪੈਂਦੀਆਂ ਜੀ ਦੇਖ ਲਓ ਉਹਨਾਂ ਨੂੰ ਕੋਲ ਚੜੀ ਹੁੰਦੀ ਆ ਜੀ ਲਾਣਤਾਂ ਵੀ ਪਈ ਜਾਂਦੀਆਂ ਨੇ ਸਾਰੇ ਪਾਸਿਓਂ ਪਰ ਜਦੋਂ ਢੀਠ ਹੋ ਜਾਈਏ ਫੇਰ ਤਾਂ ਕੋਈ ਚਾਰਾ ਨਹੀਂ ਹੁੰਦਾ। ਢੀਠ ਤਾਂ ਮੋਦੀ ਵੀ ਹੋਇਆ ਵਾ ਜੀ यूपी तो एक आडियो वायरल हुई है भी ये पहला मतलब मैं तो समझदा सी भी मजाक है जेडे ट्वीट दे 2 रुपए दिंदे ओ आडियो वायरल हुई है जेड़ा इन आईटी सेल जोगी दित्ते ना थाला ये सच्ची 2 रुपए ही दिंदे आ उच वायरल हो गया मतलब है ना ओ सारा ही भी इन्ने ट्वीट करने आ तुसी ते इन्ने रुपए मिलणगे। अच्छा जी हां जी ओ वायरल बहुत हुई है आडियो। हां जी सब कुछ सामने आ रहा जी किसान बन नेता आप उठना पूरे लीडर लूडर बन फिर पता लगू इन्हां नूं। हां जी ते सच कंगना भी आज गई हो सी अमृतसर हां दरबार साहब हां मैं भी देखी सी ओ भी भाई गेम आईयां सारियां दा आम बंदे दी समझ तो उत्ते ही आ भी जो भी कुछ हुंदा इन्ने सालां च अगे नहीं कदी चल गई। हां जी हां जी हां जी पर मेनू ये नहीं समझ लगी वार्ड किवें दत्ता नहीं होता जी नहीं कोई भी जा सकता है धार्मिक स्थान ते ता जी नाले अपने गुरुआं ने जिहड़े मकसद नाल बनाया वो नहीं कोई रोक सकता है जी। नहीं देखो जी धार्मिक स्थान जरूर आ मेरी गल सुनो जी ते भैन जी मैं तुहाडे दोनों नाल गल करदा भी जो किसानां दे बारे ता इन्ना को पुठा बोली जांदी है हैना ते इहनूं तां उदां ही बेदखल कर देना चाहीदा। ਹਾਂਜੀ ਨਹੀਂ ਜੀ ਇਦਾਂ ਦਾ ਮੋਦੀ ਵੀ ਕਈ ਵਾਰੀ ਜਾ ਆਇਆ ਮਤਲਬ ਗੁਰਦੁਆਰਾ ਸਾਹਿਬਾਨ ਦਿੱਲੀ ਕਈ ਵਾਰੀ ਜਾ ਆਇਆ ਕਿਸਾਨ ਸੰਘਰਸ਼ ਦੇ ਦੌਰਾਨ ਹੀ ਇਦਾਂ ਨਹੀਂ ਰੋਕ ਸਕਦੇ ਮਤਲਬ ਹਨਾ। ਮਿਹਰਬਾਨੀ ਵੀ ਜੀ ਬਹੁਤ ਬਹੁਤ ਸ਼ੁਕਰੀਆ ਤੁਸੀਂ ਆਏ ਹੋ ਸਮਾਂ ਕੱਢਿਆ ਤੁਸੀਂ ਥੈਂਕ ਯੂ ਸੋ ਮਚ। ਹੈਲੋ ਜੀ ਸੰਜੇ ਟੀਵੀ। ਹਾਂ ਜੀ ਸਤਿ ਸ਼੍ਰੀ ਅਕਾਲ ਮੈਂ ਹਰਵਿੰਦਰ ਸਿੰਘ ਕੈਨੇਡਾ ਤੋਂ ਬੋਲਦਾ ਜੀ। ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ। ਹਾਂ ਜੀ ਮੈਂ ਤੁਹਾਨੂੰ ਇਹ ਕਹਿੰਦਾ ਵੀ ਇਹਨਾਂ ਰੌਲਾ ਪਾਉਣ ਦੀ ਕੀ ਲੋੜ ਆ ਬਾਬੇ ਰਾਮਦੇਵ ਨੂੰ ਇੱਥੇ ਕੈਨੇਡਾ ਮੰਗਾ ਲਓ ਉਹਨੂੰ ਇੱਥੇ ਦਾ ਪ੍ਰਧਾਨਮੰਤਰੀ ਬਣਾ ਕੇ ਤੋੜ ਦਾਂਗੇ ਇੰਡੀਆ ਦਾ। ਤੁਸੀਂ ਤਾਂ ਅੱਗੇ ਰੱਖੀ ਥੋੜੀ ਆ ਜਦੋਂ ਲੋਕਪਾਲ ਬਿੱਲ ਲਈ ਵਿਰੋਧ ਹੋਇਆ ਸੀ ਉਦੋਂ ਮੈਂ ਇਹਨੂੰ ਚੰਗਾ ਸਮਝਦਾ ਸੀ ਜਦੋਂ ਫਿਰ ਬਾਅਦ ਚ ਸਲਵਾਰ ਪਾ ਕੇ ਦੌੜ ਗਿਆ ਫਿਰ ਦਿਲੋਂ ਲੈ ਗਿਆ ਉਦੋਂ ਮੈਂ ਸੋਚਿਆ ਸੀ ਭਈ ਬੰਦਾ ਚੰਗਾ ਆ ਤੇ ਇਹਦੇ ਪਿਛਲੇ ਟਵੀਟ ਵੀ ਦੇਖੇ ਹੁਣ ਮਤਲਬ ਹਨਾ ਮਤਲਬ ਭਈ। ਮਿਹਰਬਾਨੀ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ। गल इदा जी के बंदा ना कोई स्मार्ट होना चाहिए बहुत ज्यादा जेड़ा वो हैगा ठीक है ना और दुनिया कमले बंड नूं काली है पिछे लगन नूं काली है ठीक है ना कोई शक नहीं हैगा और एदी बहुत बड़ी एग्जाम्पल अपने सामने है जे इंडिया च तां हजारां दे हिसाब नाल एग्जाम्पलां मिल जाणीआं जी। हां सो इह हुण लोक जे अज भी विरोध नहीं करदे जे एलोपैथी नूं गलत कह रहा है है ना ते अज भी लोग जे विरोध नहीं करते दुनिया भर दे विच जे नहीं खड़े हुंदे ते फिर मेरा ख्याल कदों बोलणगे है ना हुण अज नहीं तां फिर जे इन्हां दे बनाए होए जिहड़े प्रोडक्ट सीगे इन्ना कहर तबाही सारे पासे दुनिया च हुई है ते मेरा ख्याल ओहदे नाल सारी दुनिया दा इलाज हो जाना चाहिदा सी। इन्हां कोले मौका सी इक और भारत दे दा सेहत मंत्री हर्षवर्धन ने कहता सी भी WHO प्रमाणित आ WHO वाले ने पोस्ट कीती भरावो आपां तां प्रमाणित कीती नहीं कोई झूठ ही बोली जांदे शरेआम। बिल्कुल अच्छा बाकी कंगना रणावत दा हुण इन्हां दिनां दे विच उत्थे दरबार साहब अमृतसर जाण दा की मकसद हो सकदा समझो। और दूजी गल जिहड़ी आम जे असीं इत्थों दा यूथ आ ना जिहड़ा जे उन्हां नाल गल करदे आ क्योंकि फिल्मां देखदे आ ओह सब जाणदे आ इन्हां नूं है ना ते उन्हां नाल जे गल करदे आ आपां ते ओह कहंदे भी इह दस्सण दी की लोड़ सी एक दिन पहलां खबर लवाउण दी की लोड़ सी भी मेरे सोच दे हिसाब नाल भी इह चाहुंदी सी कोई उत्थे बखेड़ा होवे भी मेरा विरोध होवे जां कुछ होवे फिर साडा प्लस पॉइंट हो जाणा ਵੀ ਆਪਾਂ ਇਹਨਾਂ ਦੀ ਹੋਰ ਨਿੰਦਿਆ ਕਰ ਸਕੀਏ ਪੰਜਾਬੀਆਂ ਦੀ ਸਿੱਖਾਂ ਦੀ ਦੇਖੋ ਜੀ ਉਹ ਹੋਇਆ ਨਹੀਂ ਸ਼ਾਇਦ ਇਹ ਹੋ ਸਕਦਾ ਜਿੱਥੋਂ ਤੱਕ ਮੈਨੂੰ ਲੱਗਦਾ ਬਾਕੀ ਸਮਾਂ ਦੱਸੇਗਾ ਇੰਨੇ ਸਾਲ ਦੀ ਅੱਗੇ ਨਹੀਂ ਗਈ ਮੈਂ ਪਹਿਲੀ ਵਾਰ ਗਈ ਸ਼ਾਇਦ ਪਹਿਲੀ ਵਾਰੀ ਅਸੀਂ ਤਾਂ ਦੇਖਿਆ ਜੀ ਖੈਰ ਪਰ ਇਹਨਾਂ ਦਿਨਾਂ ਦੇ ਵਿੱਚ ਹੁਣ ਜੂਨ ਮਹੀਨਾ ਸ਼ੁਰੂ ਹੋਣ ਵਾਲਾ ਤੇ ਇਹਦੇ ਪਿੱਛੇ ਕੋਈ ਨਾ ਕੋਈ ਕਾਰਨ ਤਾਂ ਹੈ। ਹੈਲੋ ਜੀ ਸੰਜੇ ਟੀਵੀ। ਹਾਂਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ। हाँ सत श्री अकाल भाजी इंडी भाजी किद्दां हाल चाल जी। वधिया सत श्री अकाल। हो पछाणिया भाई मैं तुहाडे नाल नरूर पिंड तो बोलदा जी। अच्छा जी पता नहीं भाजी पर नरूर तो नहीं मैं बाहर ही मैं बाहर ही इत्थे अमेरिका वाला ही रहंदा जी। अच्छा जी हाँ जी मैं तुहाडे नाल क्रिकेट खेडदा हुंदा जी तुहानू याद आ नाम सन्नी टिंकू ने। हाँ जी हाँ जी असीं इकट्ठे क्रिकेट खेडदे रहे हैं। अच्छा जी ਹੋਰ ਸਭ ਠੀਕ ਠਾਕ ਜੀ। ਵਧੀਆ ਜੀ ਵਧੀਆ ਕੀ ਕਹਿਣਾ ਚਾਹੁੰਦੇ ਭਾਜੀ। ਭਾਈ ਬਸ ਆਪਾਂ ਇਹੀ ਕਹਿਣਾ ਵੀ ਅਸੀਂ ਆਮ ਆਦਮੀ ਪਾਰਟੀ ਲਿਆਉਣੀ ਆ ਹੁਣ। ਅੱਛਾ ਜੀ ਕਿੱਦਾਂ ਲਿਆਉਂਗੇ ਕਿੱਦਾਂ ਹੁਣ ਜੀ ਤੁਹਾਨੂੰ ਪਤਾ ਹੀ ਆ ਪਿਛਲੀ ਵਾਰ ਤਾਂ ਹਾਰ ਗਏ ਆ ਤੇ ਆਪਾਂ ਹੁਣ ਸਾਰੇ ਜਣੇ ਰਲ ਮਿਲ ਕੇ ਮੈਂ ਪੰਜਾਬ ਹਾਂਜੀ ਸੱਚ ਉਹਨੂੰ ਗੱਲ ਚੇਤੇ ਆਈ ਭਾਜੀ ਮੈਂ ਜਿੱਦਾਂ 2014 ਦੀਆਂ ਵੋਟਾਂ ਵੇਲੇ ਇੰਡੀਆ ਸੀ ਤੇ ਸਾਡੇ ਪਿੰਡ ਇੱਕ ਬੰਦਾ ਉਹ ਹਨਾ ਬੀਜੇਪੀ ਦੇ ਕਿਸੇ ਨੇਤਾ ਨਾਲ ਲੱਗਾ ਹੋਇਆ ਸੀ ਤੇ ਮੈਂ ਆਮ ਆਦਮੀ ਦੀ ਟੋਪੀ ਪਾ ਕੇ ਬਹੁਤ ਪ੍ਰਚਾਰ ਕੀਤਾ ਤੇ ਆਪਣੇ ਪਿੰਡੋਂ ਸਭ ਤੋਂ ਵੱਧ ਵੋਟਾਂ ਵੀ ਪਵਾਈਆਂ ਸੀ ਤੇ ਇਦਾਂ ਹੀ ਕਿਸੇ ਦੇ ਘਰੇ ਆਪਾਂ ਹਵੇਲੀ ਬੈਠੇ ਸੀ ਸ਼ਾਮ ਨੂੰ ਤੇ ਬੰਦੇ ਹਨਾ ਆਪਾਂ ਉੱਥੇ ਚਲ ਗਏ ਆਮ ਆਦਮੀ ਦੀ ਮੈਂ ਟੋਪੀ ਲਈਓ ਉਹ ਜੀ ਬੰਦਾ ਮੈਨੂੰ ਸ਼ਰੇਆਮ ਚਾਰ ਬੰਦਿਆਂ ਮੋਰੇ ਕਹਿੰਦਾ ਸੀ ਤੂੰ ਵਾਪਸ ਜਾਣਾ ਕਿ ਨਹੀਂ ਜਾਣਾ ਦੇਖ ਲਓ ਹਾਂਜੀ ਵੀ ਤੂੰ ਆਮ ਆਦਮੀ ਦਾ ਪ੍ਰਚਾਰ ਕਰਦਾ ਤੂੰ ਵਾਪਸ ਜਾਣਾ ਕਿ ਨਹੀਂ ਜਾਣਾ ਹਾਂਜੀ ਤੇ ਇੱਕ ਹੋਰ ਜੀ ਮੁੱਦਾ ਭਖਿਆ ਆਇਆ ਇੱਕ ਮੁੰਡੇ ਨੇ ਕਮੈਂਟ ਕਰਤਾ ਜਿੱਦਾਂ ਵੀ ਆਸਟ੍ਰੇਲੀਆ ਨੂੰ ਜ਼ਹਿਰ ਦੀ ਲੋੜ ਆ ਨਾ ਚੂਹੇ ਮਾਰਨ ਲਈ ਤੇ ਮਤਲਬ ਖਬਰ ਆਈ ਤੇ ਮੁੰਡੇ ਨੇ ਪੰਜਾਬੀ ਨੇ ਕਮੈਂਟ ਕਰਤਾ ਵੀ ਸਿੱਖਾਂ ਪ੍ਰਤੀ ਬਥੇਰਾ ਜ਼ਹਿਰ ਆ ਇੰਡੀਆ 'ਚ ਭਈ ਇਹੀ ਵੇਚ ਕੇ ਪੈਸੇ ਕਮਾ ਲਓ ਤੇ ਇੱਕ ਪੁਲਿਸ ਵਾਲਾ ਆ ਸ਼ਾਇਦ ਉਹਨੂੰ ਸਸਪੈਂਡ ਕੀਤਾ ਹੋਇਆ ਉਹ ਕਹਿੰਦਾ ਕੋਈ ਨਹੀਂ ਲਾਉਨੇ ਆ ਤੇਰੇ ਜੋ ਆਪਾਂ ਵੀ ਸ਼ਰੇਆਮ ਧਮਕੀਆਂ ਦੇ ਰਹੀ ਆ ਪੰਜਾਬ ਪੁਲਿਸ ਬਿਲਕੁਲ ਬਿਲਕੁਲ ਹਾਂ फिर भी भाजी आप यही चाहते हैं भी कि अगे वोटा आन ते विच हां जी हां जी तीजी धर चाहिदी है जी कोई भी होवे शुक्रिया भी गल कर ली पंजाब दा भला करन वाले कोई आ जाण अगे ते पंजाब दा मुंह मत्था सवारिया जावे। हेलो जी संजय टीवी हां जी मनजीत जी सत श्री अकाल जी। सत श्री अकाल जसपाल जी तुहानू बहुत बहुत प्यार भरी सत श्री अकाल। सत श्री अकाल जी। हां जी बाकी जेड़ा तुसीं देखो ये पार्टियां दी गल कीती है मैं तां कहनी है सब नूं सिद्धू आ जां सरदाराणा रा जां होर आ सब नूं एक मंच ते इकट्ठे होना चाहिए एक झंडे थल्ले ते नहीं तां डिस्कनेक्ट हो भी तुहाडी कॉल लगदा डिस्कनेक्ट हो गई है जां तुहानू विच होर फोन आ रिहा है जी सो ਆਪਾਂ खैर दोस्तों ਤੁਸੀਂ ਵੇਖ ਰਹੇ ਹੋ ਸਾਂਝਾ ਟੀਵੀ ਤੇ ਪ੍ਰੋਗਰਾਮ ਰੂਹ ਦੀਆਂ ਗੱਲਾਂ ਪੇਸ਼ ਕੀਤਾ ਜਾ ਰਿਹਾ ਹੈ। ਇੰਦੀ ਹੁਰੀ ਮੇਰੇ ਨਾਲ ਇੱਕ ਸੋਮਵਾਰ ਛੱਡ ਕੇ ਆਉਂਦੇ ਆ ਤੇ ਅੱਜ ਇਹਨਾਂ ਦਾ ਸਮਾਂ ਆਪਣੇ ਕੋਲੇ 10 ਮਿੰਟ ਹੋਰ ਰਹਿੰਦੇ ਨੇ ਜੀ ਪ੍ਰੋਗਰਾਮ ਦੇ ਤੇ ਉਸ ਤੋਂ ਬਾਅਦ 2 ਹਫ਼ਤਿਆਂ ਤੋਂ ਬਾਅਦ ਇੰਦੀ ਜਸਵਾਲ ਜੀ ਮੇਰੇ ਨਾਲ ਫੇਰ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣਗੇ। ਇੰਦੀ ਅੱਜ ਕੱਲ ਕੀ ਕਰ ਰਹੇ ਹੋ ਤੁਸੀਂ ਲੇਟੈਸਟ ਲੇਟੈਸਟ ਜੀ ਬਸ ਰੇਡੀਓ ਹੀ ਤੇ ਬਾਕੀ ਹੈਸ਼ਟੈਗ ਹੁਣ ਜੂਨ ਮਹੀਨਾ ਆਉਣ ਵਾਲਾ ਉਹ ਸਭ ਨੂੰ ਹੱਥ ਜੋੜ ਕੇ ਬੇਨਤੀ ਆ। ਵੈਸੇ ਹੁਣ ਜਦੋਂ ਮੈਂ ਪ੍ਰੋਗਰਾਮ ਆਉਣ ਤੋਂ ਪਹਿਲਾਂ ਹੀ ਕਰਕੇ ਆਇਆ ਤੇ ਦੂਜੇ ਨੰਬਰ ਤੇ ਆ ਗਿਆ ਸੀ ਇੰਡੀਆ 'ਚ ਹੈਸ਼ਟੈਗ ਨੈਵਰ ਫੋਰਗੇਟ 84 ਵਾਲਾ ਤੇ ਹੁਣ ਸਾਰਾ ਵੀਕ ਹੈਸ਼ਟੈਗ ਸਭ ਨੂੰ ਬੇਨਤੀ ਆ ਬਈ ਟਵਿੱਟਰ ਜੁਆਇਨ ਕਰੋ ਤੇ ਉੱਥੇ ਹੈਸ਼ਟੈਗ ਨਾਲ ਆਪਣਾ ਤੁਸੀਂ ਦਰਜ ਕਰਾਓ ਕਿਉਂਕਿ ਜਦੋਂ ਹੈਸ਼ਟੈਗ ਸਾਰੇ ਇੰਡੀਆ 'ਚ ਜਾਂ ਵਰਲਡ 'ਚ ਜਾਣਗੇ ਮਤਲਬ ਲੋਕਾਂ ਮੂਹਰੇ ਆਉਣਗੇ ਫਿਰ ਕਲਿੱਕ ਕਰਕੇ ਅਗਲੇ ਦੇਖਦੇ ਆ ਕਿਉਂਕਿ ਮੀਡੀਆ ਨੇ ਤਾਂ ਸਾਨੂੰ ਹੋਰ ਤਰ੍ਹਾਂ ਹੀ ਪੋਰਟਰੇਟ ਕੀਤਾ ਹੁਣ ਸਾਡੇ ਹੱਥ ਸੋਸ਼ਲ ਮੀਡੀਆ ਹੈ ਇਸ ਦਾ ਸੁਚੱਜਾ ਇਸਤੇਮਾਲ ਕਰਕੇ ਅਸੀਂ ਆਪਣੀ ਆਵਾਜ਼ ਚੱਕ ਸਕਦੇ ਦੁਨੀਆ 'ਚ ਕਿਤੇ ਵੀ ਬਹੁਤ ਤਾਕਤ ਹੈ ਜੀ ਸੋਸ਼ਲ ਮੀਡੀਆ 'ਚ ਟਵਿੱਟਰ 'ਚ ਸਪੈਸ਼ਲੀ। ਬਿਲਕੁਲ ਸਹੀ ਕਹਿੰਦੇ ਹੋ ਤੁਸੀਂ ਤੇ ਜੂਨ 84 ਆ ਜਿਹੜਾ ਇਹ ਕਦੇ ਭੁੱਲ ਨਹੀਂ ਸਕਦਾ और ये तो लिखण वाले ने जोड़े लिखते भी रेंदे है। रीसेंटली एक परम धालीवाल होरां ने गीत लिखिया पंजाब 84 बहुत सोहना गीत है तो वो तुहानू यूट्यूब ते मिल भी सकदा तुसीं देख सकते हो सुन सकते हो उस गीत नू ते उहदे नाल नाल जद जून महीना आउंदा है तो साडे जिहड़ा सिख भाईचारा जां जिहड़े पंजाबी ने समुचे तौर पर जिन्हां दे अंदर इंसानियत है वो अपना खून दान करके इन्हां दिनां नूं याद करदे आ जिथे खून डोलिया गया सी जिथे जानां लईआं गईआं सी उत्थे जानां बचाउण दी गल हुंदी है। सो उन्हां दी भी मेरा ख्याल गल आपां नूं जरूर करनी चाहीदी है बड़ी शलाघायोग इह उन्हां दी पहुंच एक हैगी अप्रोच है और पिछले कई सालां तों उन्हां ने शुरुआत कीती सी ते हुण तक लखां ही जानां ने जिहड़ियां ओह बचा चुके आ और देखो किहड़े संदर्भ दे विच उत्थे जानां लईआं गईआं खून डोलिया गया ते वो खून दे के जाना बचाने की गल करते है ना। सो ये मेरा ख्याल है पंजाबियों के हिस्से ही इदा की सोच है जी जां इदा दे काम आउंदे आ हमेशा। सो पंजाबी होण ते पंजाबी बोली ते जिवें असीं वार-वार इस गल दा जिक्र कर रहे हैं मेरा पंजाबी बोली दे नाल जिहड़ा लगाव है प्यार है वो बार-बार मैनूं ये गल्लां करन ते मजबूर कर दिंदा क्योंकि जद असीं बोलदे आ ते साडे मूँह चों जिहड़ी जुबान निकलती है ना वो साडी माँ की बोली जब असीं बोलना सीखते हैं सानू माँ जिहड़े लफ्ज़ पहले सिखाउंदी है ते ਉਹ ਜ਼ਿੰਦਗੀ 'ਚ ਬੰਦਾ ਹੋਰ ਸਭ ਕੁਝ ਭੁੱਲ ਸਕਦਾ ਪਰ ਉਹ ਨਹੀਂ ਭੁੱਲ ਸਕਦਾ। ਮੈਂ ਤਾਂ ਜੀ ਯੂਰਪ 'ਚ ਰਿਹਾ ਆ, ਮੈਂ ਦੇਖਿਆ ਯੂਰਪੀਅਨ ਸਾਰੇ ਕਿਤੇ ਵੀ ਯੂਰਪ ਦੇ ਦੇਸ਼ 'ਚ ਚਲ ਜਿਓ ਤੁਸੀਂ ਇੰਗਲਿਸ਼ ਬੋਲ ਕੇ ਤਾਂ ਦੇਖਿਓ ਮੜ ਜੀ ਕਹਿੰਦੇ ਉਹ ਇੰਗਲੈਂਡ ਦੀ ਦਾ ਨਾ ਚਲ ਜਾ ਉੱਥੇ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਯੂਰਪੀਅਨ ਸਾਰੇ ਲੋਕ ਆਪਣੀ ਆਪਣੀ ਬੋਲੀ ਚੀਨੇ ਵੀ। ਹੁਣ ਤੁਸੀਂ ਦੇਖੋ ਆਪਾਂ ਕਹਿੰਦੇ ਰਹਿੰਦੇ ਭਈ ਪੰਜਾਬੀਆਂ ਦੀ ਬੱਲੇ ਬੱਲੇ ਕੈਨੇਡਾ 'ਚ ਪਰ 에ਅਰਪੋਰਟ ਤੇ ਵੈਨਕੂਵਰ 'ਚ ਸਾਈਨ ਬੋਰਡ ਚੀਨੀ ਭਾਸ਼ਾ 'ਚ ਆ। पंजाबी तो नहीं है ना, पंजाबी को थोड़े थोड़े हैगे ने नहीं हैगे ने मतलब मोस्टली इंग्लिश फ्रेंच ते चीनी भाषा इना तिन्ना च हर एक जगह आ जी हां जी मैंडरीन इना दी जेडी भाषा देखो इंदी मेनू लगदा भी कितना कितना साडी ओ कमजोरी है हां जी है ना। जदों असि अपनी जुबान ते मान करन लग जावांगे जदों असि अपने बच्चियां नु ਈਵਨ ਘਰ ਦੇ ਵਿੱਚ ਜੇ ਗੱਲ ਕਰਨੀ ਹੋਵੇ ਤੇ ਮੇਰੇ ਹੁਣ ਭਤੀਜੇ ਭਤੀਜੀਆਂ ਛੋਟੇ ਨੇ ਭਾਂਜੇ ਭਾਂਜੀਆਂ ਜਿਹੜੇ ਵੀ ਘਰ ਦੇ ਵਿੱਚ ਬੱਚੇ ਆ ਮੇਰਾ ਸ਼ੁਰੂ ਤੋਂ ਹੀ ਇਸ ਗੱਲ ਤੇ ਉਹਨਾਂ ਦੇ ਨਾਲ ਤਕਰਾਰ ਰਿਹਾ ਉਹਨਾਂ ਦੇ ਪੇਰੈਂਟਸ ਦੇ ਨਾਲ ਵੀ ਆਪਣੇ ਬੱਚਿਆਂ ਨੂੰ ਪੰਜਾਬੀ ਕਿਉਂ ਨਹੀਂ ਸਿਖਾਉਂਦੇ ਹਾਂਜੀ ਕਿਉਂ ਨਹੀਂ ਸਿਖਾਉਂਦੇ। ਘਰ ਦੇ ਵਿੱਚ ਕਈ ਵਾਰੀ ਕਲੇਸ਼ ਵੀ ਪੈ ਜਾਂਦਾ ਇਸ ਗੱਲ ਤੇ ਕਿਉਂਕਿ ਹੁਣ ਦੂਜੇ ਦੇ ਬੱਚੇ ਬਾਰੇ ਕਹਿਣਾ ਕਿਸੇ ਨੂੰ ਇੱਥੇ ਮੈਂ ਜੀ ਮੋਸਟਲੀ ਮੈਂ ਨਹੀਂ ਦੇਖਿਆ ਇੱਥੇ ਮੋਸਟਲੀ ਬੱਚਿਆਂ ਦੇ ਕੇਸ ਤਾਂ ਹੈਗੇ ਆ ਸੋ ਜਿੱਦਾਂ ਵੀ ਕਹਿ ਜਾਂਦਾ ਊੜਾ ਤੇ ਜੂੜਾ ਕੇਸ ਤਾਂ ਹੈਗੇ ਪਰ ਉਹਨਾਂ ਨੂੰ ਊੜੇ ਵਾਲਾ ਨਹੀਂ ਆਉਂਦਾ ਪੰਜਾਬੀ ਨਹੀਂ ਉਹਨਾਂ ਨੂੰ ਨਹੀਂ ਨਹੀਂ ਆਉਂਦੀ ਔਰ ਮਾਪੇ ਨੇ ਜਿਹੜੇ ਉਹ ਇੰਗਲਿਸ਼ ਬੋਲ ਕੇ ਫਖਰ ਮਹਿਸੂਸ ਕਰਦੇ ਆ ਉਹਨਾਂ ਨੂੰ ਐ ਲੱਗਦਾ ਵੀ ਸਾਡੇ ਬੱਚਿਆਂ ਦੇ ਵਿੱਚ ਜਾਂ ਆਲੇ ਦੁਆਲੇ 'ਚ ਸ਼ਾਇਦ ਇਸੇ ਗੱਲ ਨਾਲ ਸ਼ਾਨ ਬਣਨੀ ਹੈ। ਬੱਚੇ ਤੁਹਾਡੇ ਅੰਗਰੇਜ਼ੀ ਸਿੱਖ ਜਾਣਗੇ ਜਦ ਸਕੂਲ ਦੀਆਂ ਸਕੂਲ ਦੀ ਇਮਾਰਤ ਦੇ ਵਿੱਚ ਵੜਨਾ ਉਹਨਾਂ ਨੇ ਘਰ ਆਉਣਗੇ बदो बदी उन्होंने मूँह चो अंग्रेजी के लफज ने जोड़े निकलने आ क्योंकि उन्होंने अपने कोलीग्स ने जोड़े नाल दे साथी ने जां टीचर ने उन्होंने 7-8 घंटे इंग्लिश ही पढ़ाउणी ठीक है ना। पर जब घर आना है जिन्हां घरां दे विच नानियां ने दादियां ने बाबे ने वो सारे पंजाबी च गलबात करदे आ पर पेरेंट्स दा अपना एक फर्ज हुंदा है ये तां है जी है ना। जिथे माँ नहीं सिखाउंदी बच्चे नूं बाप नहीं सिखाउंदा ਉੱਥੇ ਦਾਦੀ ਤੇ ਦਾਦਾ ਵੀ ਕਿੰਨਾ ਕੁ ਰੋਲ ਪਲੇ ਕਰ ਸਕਦੇ ਨੇ। ਉਹ ਲਿਮਟਿਡ ਜੀ ਪੰਜਾਬੀ ਸਿਖਾ ਸਕਦੇ ਆ ਪਰ ਗੂੜ ਪੰਜਾਬੀ ਹੈ ਜਿਹੜੀ ਡੂੰਗੀ ਪੰਜਾਬੀ ਹੈ ਠੇਠ ਪੰਜਾਬੀ ਹੈ ਜਿਹੜੀ ਉਹ ਮਾਂ ਤੇ ਪਿਓ ਨੇ ਸਿਖਾਉਣੀ ਹੁੰਦੀ ਹੈ ਹਾਂਜੀ। ਪਰ ਉਹਦੇ ਵਾਸਤੇ ਹੁਣ ਮਾਂ ਪਿਓ ਨੂੰ ਵੀ ਆਉਣੀ ਚਾਹੀਦੀ ਪਹਿਲਾਂ ਜੀ। ਹੁਣ ਮੈਂ ਆਪਣੀ ਦੱਸਦਾ ਮੈਂ ਰੇਡੀਓ ਕਰਦਾ ਹੁੰਦਾ ਆਪਣਾ 2 ਘੰਟੇ ਮੈਨੂੰ ਬਥੇਰੇ ਕਹਿੰਦੇ ਆ ਭਰਾਵਾ ਤੂੰ ਤਾਂ ਬਾਹਲਾ ਹੀ ਦੇਸੀ ਬੋਲਦਾ ਐਦਾਂ ਉਦਾਂ ਮੈਂ ਕਿਹਾ ਵੀਰੋ ਜਿਹਨੇ ਸੁਣਨਾ ਸੁਣੋ ਨਹੀਂ ਸੁਣਨਾ ਨਾ ਸੁਣੋ ਹਨਾ। ਇਹਦਾ ਮਤਲਬ ਮੇਰਾ ਨੈਚੁਰਲ ਹੈ ਇਹ ਤਾਂ ਜਾ ਨਹੀਂ ਸਕਦਾ ਤੇ ਫੇਕ ਕੰਮ ਸਾਤੋਂ ਹੋਣਾ ਨਹੀਂ ਦੇਸੀ ਕਹਿ ਕੇ ਕੀ ਉਹ ਤੁਹਾਨੂੰ ਕੀ ਪਤਾ ਨਹੀਂ ਜੀ ਮੈਨੂੰ ਨਹੀਂ ਸਮਝ ਲੱਗੀ ਭਾਜੀ ਤੂੰ ਆਪਣਾ ਲਹਿਜਾ ਬਦਲ ਤੂੰ ਥੋੜਾ ਪ੍ਰੋਫੈਸ਼ਨਲ ਬੋਲ ਤੂੰ ਐਦਾਂ ਬੋਲ ਮੈਂ ਕਿਹਾ ਨਹੀਂ ਭਰਾਵੋ ਇਹ ਤਾਂ ਐਦਾਂ ਹੀ ਚੱਲੂ ਹਾਂਜੀ। ਕਾਲ ਲੈ ਲਈ ਹਾਂਜੀ ਹਾਂਜੀ ਪਲੀਜ਼ ਪਲੀਜ਼। ਸਤਿ ਸ਼੍ਰੀ ਅਕਾਲ ਜੀ ਹੈਲੋ ਹਾਂਜੀ ਭਾਜੀ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਮੈਂ ਅਨੰਦਪੁਰ ਸਾਹਿਬ ਪੰਜਾਬ ਤੋਂ ਬੋਲ ਰਿਹਾ ਸ੍ਰੀ ਚੌਧਰੀ ਹਾਂਜੀ 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 ਭਾਜੀ ਮੈਂ ਇਸ ਵਿਸ਼ੇ ਤੇ ਗੱਲ ਕਰਨੀ ਚਾਹੁੰਦਾ ਕਿ ਦੇਖੋ ਪੰਜਾਬੀ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਵੀ ਅਸੀਂ ਵਹਿਮਾਂ ਭਰਮਾਂ ਤੇ ਆ ਸਾਲ ਜਿੱਦਾਂ ਰਾਮਦੇਵ ਆਪਣਾ ਰਾਮ ਰਹੀਮ ਵਰਗਿਆਂ ਦੇ ਮਗਰ ਲੱਗਦੇ ਅਸੀਂ ਆਪਣੇ ਗੁਰੂਆਂ ਨੂੰ ਭੁੱਲ ਰਹੇ ਹਾਂ। ਸਾਡੇ ਤੇ ਕੀਤੀਆਂ ਕੁਰਬਾਨੀਆਂ ਅਸੀਂ ਯਾਦ ਨਹੀਂ ਕਰਦੇ ਅਸੀਂ ਲੋਕੀ ਜਾਣ ਬੁੱਝ ਕੇ ਅਣਜਾਣ ਹੋ ਰਹੇ ਆ ਪਾਰਟੀ ਬਾਜ਼ੀਆਂ 'ਚ ਫਸ ਰਹੇ ਆ ਹਾਂਜੀ ਤੇ ਮੈਂ ਬਹੁਤ ਵੱਡਾ ਤੁਹਾਡਾ ਫੈਨ ਹੈ ਜੀ ਥੈਂਕ ਯੂ ਥੈਂਕ ਤੇ ਇਸ ਵਿਸ਼ੇ ਤੇ ਸਾਡੇ ਲੋਕੀ ਕਿਉਂ ਨਹੀਂ ਮੰਨਦੇ ਜੇ ਅਸੀਂ ਸੱਚੀ ਗੱਲ ਕਰਦੇ ਆ ਤੇ ਲੋਕੀ ਵਿਰੋਧ ਕਰਦੇ ਆ ਕਿ ਅਸੀਂ ਜੀ ਕਿਸੇ ਬਖੰਡੀ ਦੀ ਗੱਲ ਕਰਦੇ ਆ ਲੋਕੀ ਡਰਦੇ ਨੇ ਭਾਜੀ ਪੰਜਾਬ ਦੀ ਛੱਡੋ ਕੈਨੇਡਾ ਜਿੰਨੇ ਟੂਣੇ ਸਰੀ ਜਿੰਨੇ ਮੈਂ ਕਹਿੰਦਾ ਪੰਜਾਬ 'ਚ ਨਹੀਂ ਹੁੰਦੇ ਹੋਣੇ ਉਹ ਤਾਂ ਗੱਲ ਠੀਕ ਆ ਲੋਕੀ ਮੰਨਦੇ ਨਹੀਂ। ਅਸੀਂ ਵੀ ਕਦੇ ਕਿਸੇ ਨਾਲ ਡਿਸਕਸ਼ਨ ਕਰਦੇ ਆ ਨਾ ਮੈਂ ਤਾਂ ਵੈਸੇ ਨੋਰਮਲ ਇੱਥੇ ਕੀਤੀ ਕਰਦਾ ਤੇ ਅਸੀਂ ਲੋਕੀ ਵਿਰੋਧ ਕਰਦੇ ਨੇ ਮਾੜਾ ਕਹਿੰਦੇ ਨੇ ਜੇ ਕਿਸੇ ਨੂੰ ਸਹੀ ਗੱਲ ਕਹੀਏ ਨਾ ਲੋਕ ਮੰਨਦੇ ਨਹੀਂ ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ। ਸਾਡੇ ਜੀ ਉਹੀ ਗੱਲ ਬਚਪਨ ਤੋਂ ਡਰ ਬਿਠਾ ਦਿੱਤਾ ਜਾਂਦਾ ਦਿਮਾਗ 'ਚ ਦਿਲ 'ਚ ਵੀ ਜੇ ਤੂੰ ਕਿਸੇ ਵਾਰ ਇਦਾਂ ਕਿਹਾ ਵੀ ਤੇਰਾ ਮਾੜਾ ਹੋ ਜਾਣਾ ਤੇ ਮੰਨ ਲਓ ਅਚਨਚੇਤ ਬੰਦੇ ਨਾਲ ਕੁਝ ਮਾੜਾ ਹੋ ਵੀ ਜਾਂਦਾ ਉਹਦੇ ਦਿਮਾਗ 'ਚ ਉਹੀ ਘੁੰਮਦਾ ਰਹਿੰਦਾ ਯਾਰ ਉਹਦੇ ਬਾਰੇ ਮੈਂ ਇਦਾਂ ਕੀਤਾ ਸੀ ਤਾਂ ਹੋਇਆ। ਪਹਿਲਾਂ ਲੋਕ ਵੈਸੇ ਸਿੱਧ ਪੱਧਰੇ ਹੁੰਦੇ ਸੀਗੇ ਉਹ ਸਹਿਜ ਸੁਭਾਈ ਜਿਵੇਂ ਜ਼ਿੰਦਗੀ ਚੱਲੀ ਜਾ ਰਹੀ ਹੁੰਦੀ ਸੀ ਹੈ ਨਾ ਉਹ ਇੰਨਾ ਕੁਝ ਸੋਚ ਕੇ ਜਾਂ ਮਿੱਥ ਕੇ ਨਹੀਂ ਸੀ ਕੀਤਾ ਜਾਂਦਾ ਹੁੰਦਾ ਜਿਵੇਂ ਹੁਣ ਇਹਦੇ ਤੇ ਆਪਾਂ ਕਿਸੇ ਵੇਲੇ ਟਾਈਮ ਲਾਵਾਂਗੇ ਇਹ ਟੌਪਿਕ ਬਹੁਤ ਸੋਹਣਾ ਹੈ ਤੇ ਹੁਣ ਸਾਰਾ ਕੁਝ ਅਸੀਂ ਮਿੱਥ ਕੇ ਕਰਦੇ ਹਾਂ ਹੈ ਨਾ ਤੇ ਉਹ ਤਾਂ ਜ਼ਿੰਦਗੀ ਬਹੁਤ ਸੋਹਣੀ ਸੀ ਸਿੱਧੇ ਸਾਦੇ ਲੋਕ ਸੀ ਸਿੱਧੀਆਂ ਸਾਦੀਆਂ ਗੱਲਾਂ ਬਾਤਾਂ ਸੀ ਉਹਨਾਂ ਦੀਆਂ ਔਰ ਇੰਜੋਏ ਕਰਦੇ ਸੀ। ਉਹੀ ਜੀ ਮਤਲਬ ਆਪਣੇ ਗਿਆ ਗਿਆ ਬਈ ਬਿੱਲੀ ਰਾਹ ਕੱਟ ਕੇ ਮੈਂ ਕੁਵੈਤ ਰਿਹਾ ਜਿਹੜੇ ਸ਼ਹਿਰ ਉੱਥੇ ਰਿਹਾ ਉੱਥੇ ਤਾਂ ਬਿੱਲੀਆਂ ਹੀ ਬਿੱਲੀਆਂ ਆਲੇ ਦੁਆਲੇ ਫੇਰ ਤਾਂ ਬੰਦਾ ਕੰਮ ਤੇ ਨਾ ਜਾਵੇ ਵੀ ਬਿੱਲੀ ਰਾਹ ਕੱਟ ਗਈ ਮੇਰਾ ਤੇ ਕੰਮ ਵੀ ਮੇਰਾ ਹੁੰਦਾ ਸੀ ਹਾਈਟ ਵਾਲਾ ਮਤਲਬ ਛਪਰਿਆਂ ਦਾ ਲੋਹੇ ਦੇ ਗਾਡਰ ਚੱਕ ਚੱਕ ਕੇ ਤੁਰਨੇ ਫੇਰ ਤਾਂ ਇਹੀ ਹੋਣਾ ਸੀ ਵੀ ਅੱਜ ਬਿੱਲੀ ਰਾਹ ਕੱਟਿਆ ਅੱਜ ਮੈਂ ਡਿੱਗਿਆ ਹੀ ਡਿੱਗਿਆ ਕਦੇ ਕਿਸੇ ਨੇ ਇਹ ਨਹੀਂ ਸੋਚਿਆ ਵੀ ਉਹ ਕਿਹੜੀ ਮੁਸ਼ਕਲ ਦੀ ਮਾਰੀ ਉਹ ਦੌੜੀ ਜਾ ਰਹੀ ਹੈ ਜਾਂ ਉਹ ਵਿਚਾਰੀਆਂ ਆਪਣੀ ਭੁੱਖ ਦੀਆਂ ਮਾਰੀਆਂ ਉਹਨੂੰ ਕਿਹੜੀ ਸਮੱਸਿਆ ਹੋ ਸਕਦੀ ਹੈ ਵੀ ਉਹਨੂੰ ਉਸ ਵੇਲੇ ਰੋਡ ਕ੍ਰਾਸ ਕਰਨੀ ਪੈ ਰਹੀ ਹੈ ਉਹਨੂੰ ਇਹ ਥੋੜਾ ਪਤਾ ਵੀ ਤੁਹਾਡੀ ਗੱਡੀ ਆ ਰਹੀ ਹੈ ਕੋਲ ਜਾ ਕੇ ਸੋ ਇਹ ਬੜੀਆਂ ਅਜੀਬ ਗੱਲਾਂ ਨੇ ਸਾਡੇ ਪੰਜਾਬੀ ਤੇ ਵਹਿਮ ਭਰਮ ਇਹ ਅਲੱਗ ਵਿਸ਼ਾ ਇੱਕ ਬਣ ਜਾਂਦਾ ਹੈ ਜੀ ਕਿਸੇ ਦਿਨ ਜਿਹਦੇ ਤੇ ਖਾਲੀ ਭਾਂਡਾ ਲੈ ਕੇ ਆਉਂਦਾ ਕੋਈ ਬਹੁਤ ਜ਼ਿਆਦਾ ਗੱਲਾਂ ਕਾਫੀ ਗੱਲਾਂ ਬਾਤਾਂ ਇਹਦੇ ਤੇ ਕੀਤੀਆਂ ਜਾ ਸਕਦੀਆਂ ਆਪਾਂ ਵਿਸਥਾਰ ਚ ਕਰਾਂਗੇ ਸੋ ਅੱਜ ਦਾ ਪ੍ਰੋਗਰਾਮ ਆਪਾਂ ਨਿਬੇੜਦੇ ਆ ਇੱਥੇ ਇੰਦੀ ਜੀ ਹਾਂਜੀ ਅਖੀਰ ਤੇ ਕੀ ਕਹਿਣਾ ਚਾਹੋਗੇ 1 ਮਿੰਟ ਦੇ ਵਿੱਚ ਅਖੀਰ ਤੇ ਜੀ ਬਸ ਇਹੀ ਕਹਿਣਾ ਚਾਹੁੰਦਾ ਭਈ ਚਲੋ ਇੰਡੀਆ ਚ ਤਾਂ 1 ਜੂਨ ਸ਼ੁਰੂ ਹੋ ਗਈ ਆ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਭਈ ਟਵਿੱਟਰ ਤੇ ਵੱਧੋ ਵੱਧ ਆਪਣਾ ਤੁਸੀਂ ਹੈਸ਼ਟੈਗ ਵਰਤ ਕੇ ਆਪਣਾ ਵਿਰੋਧ ਦਰਜ ਕਰਾਓ ਜੋ ਸਾਡੇ ਨਾਲ ਹੋਇਆ ਸਰਕਾਰਾਂ ਨੇ ਕੀਤਾ पे दसो उन्होंने असी ना भुले हाँ तो ना कभी भुल सकते हैं है ना जिस तरह भी सो यूथ नूं भी स्पैशली अपील आ तो मतलब मैं तो जी देखता रहना भी अजकल चलता की आ भई एक कलाकार दारू पींदी सी गाउण वाली ਉਹਦਾ ਕਿਸੇ ਕਲਾਕਾਰ ਨਾਲ ਗੱਲਬਾਤ ਸੀ ਉਹ ਉਹਨੂੰ ਛੱਡ ਗਿਆ ਆ ਲੋਕਾਂ ਨੂੰ ਉਹਦਾ ਦੁੱਖ ਆ ਵੀ ਉਹਨੂੰ ਵਿਚਾਰੀ ਨੂੰ ਛੱਡ ਗਿਆ ਇੱਕ ਹੋਰ ਕਲਾਕਾਰ ਜੋੜੀ ਦਾ ਡਿਵੋਰਸ ਹੋ ਗਿਆ ਸੀਗਾ ਤੇ ਉਹ ਹੁਣ ਜਿਹੜੀ ਕੁੜੀ ਕਲਾਕਾਰ ਉਸਨੇ ਕਿਸੇ ਹੋਰ ਨਾਲ ਤਸਵੀਰ ਆਪਣੇ ਇੰਸਟਾ ਤੇ ਪਾਤੀ ਲੋਕਾਂ ਨੂੰ ਹੁਣ ਇਹਦਾ ਦੁੱਖ ਆ ਵੀ ਉਹ ਮੁੰਡੇ ਦਾ ਕੀ ਹੋਊ ਇਹਨੂੰ ਛੱਡ ਗਈ ਹਨਾ ਇੱਕ ਹੋਰ ਇੱਥੇ ਸਰੀ ਦਾ ਹੀ ਸ਼ਾਇਦ ਕਲਾਕਾਰ ਉਸਦੀ ਕੋਈ ਵੀਡੀਓ ਵਾਇਰਲ ਹੋਈ ਤੇ ਹੁਣ ਉਸਦਾ ਹੀ ਆ ਮਤਲਬ ਆਪਾਂ ਨੂੰ ਆਪਣੇ ਮਤਲਬ ਭਈ ਜੋ ਸਾਡੇ ਨਾਲ ਹੋਇਆ ਆ ਵਾਪਰਿਆ ਉਸਦਾ ਦੁੱਖ ਹੈ ਨਹੀਂਗਾ ਸਾਨੂੰ ਕਲਾਕਾਰਾਂ ਦਾ ਜ਼ਿਆਦਾ ਪਤਾ ਨਹੀਂ ਜੀ ਭਈ ਆਪਾਂ ਕਿਉਂ ਰੱਬ ਮੰਨੀ ਬੈਠੇ ਆ ਤੇ ਗਾਣੇ ਐਂਟਰਟੇਨਮੈਂਟ ਲਈ ਸੁਣੋ ਸਾਰਿਆਂ ਦੇ ਸੁਣੋ ਪਰ ਇੰਨਾ ਡੀਪਲੀ ਅਸੀਂ ਉਹਨਾਂ ਨੂੰ ਮੈਨੂੰ ਨਹੀਂ ਸਮਝ ਲੱਗਦੀ ਜੀ ਮਨੋਰੰਜਨ ਸਾਡਾ ਕਰਦੇ ਨੇ ਕਲਾਕਾਰ ਨੇ ਜਿਹੜੇ ਇੰਦੀ ਉਹਦੇ ਨਾਲ ਜਿੱਥੋਂ ਵੀ ਸਾਨੂੰ मतलब दिलचस्प गल्लां बातां मिलदियां अटैचमेंट तो हो जाती है ये नहीं आप कह सकते हुण जिवें हुण तुहाडीआं गल्लां बातां लोग सुणदे आ जी है ना जे मैनू 20 साल तो सुणदे आ रहे ने लोग ते लोकां दी दिलचस्पी बन जाती है अटैचमेंट हो जाती है गलबात करन उहनां दा जी करदा किते ना किते जे आपां नूं कुछ होएगा ते दुख तो उहनां नूं होएगा ये तां गल है पर एक हद तक होना चाहिए कुछ ना कुछ उहदे पिछे अपना आप नहीं गवाना चाहिए क्योंकि कई बार दूसरे बंदे नूं पता भी नहीं हुंदा तुसीं किसे बारे की की सोच रहे हो तो की कर रहे हो ठीक है ना अच्छा जांदे जांदे हुण मैं एक बारी फिर क्योंकि जून महीने की शुरुआत हो रही है तो साडा जो कतलेआम होया सी दिल्ली दे विच उस तो पहला साडे इत्थे दरबार साहब अमृतसर दे विच जो कुछ होया वो दोहराउण दी लोड़ नहीं सानू याद है हमेशा साडे चेतियां दे विच असीं भुल नहीं सकदे कदे ते उहदे मद्देनज़र सिख नेशनस वलों एक कंपेन है जिहड़ी चलाई जांदी है जून महीने तो ते उहदे विच तुहानू ब्लड दान करन वास्ते कहा जांदा है जिहदे नाल जिहड़ियां जानां जा रहियां ने जिन्हां नूं असीं खून दे के अपना जान उहनां दी बचा सकदे हैं ये इधर जरूर ध्यान दो जो असी इतों तुहाडे वास्ते ये सुनेहा ब्रॉडकास्ट करिए तो तुसी उधर अपने आप को जरूर बड़भागे समझिओ जे तुहाडी सेहत तंदुरुस्त है ठीक ठाक हो तुसी ते खूनदान जरूर करिया करो क्योंकि इहदे नाल दी खुशी जब तुसी किसी दी जान बचाओगे तो एक बड़ी तसल्ली तुहानूं मिलेगी ते मैं जी ये भी कहना चाहुंदा भी खुद भी पढ़ो बच्चों को पढ़ाओ भी किस तरह रशिया इजराइल ते इंग्लैंड ने मदद की सी जो कुछ भी होया कल्ली भारत सरकार ने नहीं किया इसकी पहला किस तरह प्री प्लानिंग हुई किस तरह सहयोग किया थैचर हुंदी सी एक इंग्लैंड की प्रधानमंत्री मतलब 21 साल तक रही ते उसने किस तरह सहयोग किया इंदिरा गांधी का मतलब पढ़ने वाली गल्लां भी बच्चों को अपने को कहो भी पढ़ो इन्हां बारे इजराइल इंग्लैंड ते रशिया ने किस तरह सहयोग किया हाँ जी जाते जाते आप हसते हसते क्योंकि जिंदगी है जी ये सिर्फ रोण का ना नहीं है ये चंगे माड़े समय आते रहते हैं आप हसते हसते इतों विदाई लेने वेखण सुन वाले तो प्रिंस फिलिप जेडे पिछले दिनी उन्होंने देहांत हाँ स्वर्गवास हो गए थे ਉਹ ਤੁਹਾਨੂੰ ਪਤਾ ਲੱਗਿਆ ਹੋਣਾ ਵੀ ਆਪਣੇ ਕਰੀਬੀ ਜਿਹੜੇ ਬੰਦੇ ਉਹਨਾਂ ਦੇ ਬਿਲਕੁਲ ਨਾਲ ਰਹਿੰਦੇ ਸੀ 3 ਬੰਦੇ ਹਾਂਜੀ ਉਹਨਾਂ ਵਾਸਤੇ ਕਰੋੜਾਂ ਦੀ ਪ੍ਰਾਪਰਟੀ ਛੱਡ ਕੇ ਗਏ ਨੇ ਹਾਂਜੀ ਵਸੀਅਤ ਉਹਨਾਂ ਨੇ ਲਿਖੀ ਹੋਈ ਸੀ ਕਿਤੇ ਉਹਨਾਂ ਨੂੰ ਪਤਾ ਨਹੀਂ ਸੀ ਹਾਂਜੀ ਪਰ ਹੁਣ ਪਤਾ ਲੱਗਿਆ ਤੇ 10-10 ਮਿਲੀਅਨ ਪਾਉਂਡ ਹਾਂਜੀ ਇੱਕ ਬੰਦੇ ਵਾਸਤੇ ਜਿਹੜੇ 3 ਬੰਦੇ ਉਹਨਾਂ ਦੇ ਜ਼ਿਆਦਾ ਕਰੀਬੀ ਹੁੰਦੇ ਸੀਗੇ ਅੱਛਾ ਜੀ ਤੇ ਉਹ ਵੈਸੇ ਕਮਾਲ ਹੋ ਗਈ ਮੇਰੇ ਖਿਆਲ ਪਹਿਲੀ ਵਾਰੀ ਇਸ ਤਰ੍ਹਾਂ ਹੋਇਆ ਉਸ ਉਹਨਾਂ ਦੇ ਇਤਿਹਾਸ ਦੇ ਵਿੱਚ ਬਈ ਜੇ ਕੋਈ ਉਹ ਮਹਾਰਾਣੀ ਵਾਸਤੇ ਤਾਂ ਉਹ ਕਹਿੰਦੇ ਵੀ ਪਤਾ ਨਹੀਂ ਕੀ ਕੋਈ ਛੱਡ ਕੇ ਗਏ ਆ ਤੇ ਪਰ ਉਹ ਜਿਹੜੇ 3 ਬੰਦੇ ਸੀਗੇ एक बंदा हमेशा उन्होंने नाल खड़ा रहिंदा सी जिहड़ा कैसल दे विच ते ओहदे वास्ते ते नाल दो जिहड़े होर सी उन्हां दे महाराणी तां जी अमर ही आ ओह पता नहीं की खांदी आ अमरीका दे घट्टो घट्ट 8-10 राष्ट्रपति स्वर्ग सुधार गए ओहदे हुंदे हुंदे महाराणी दे चलो वो आपां उम्र तां नहीं किसी दी ना घटा बता सकदे हां खैर वैसे सोचण वाली गल आ देखो वधिया खुराक वधिया रहणी सहणी चंगी गल आ जे बंदा कोई किहड़ा मुड़ के आउणा इंदी वैसे जे देखिया जावे तां जेहड़ा बंदा चलिया गया सो जीवन दिओ सारिआं नूं ते आपां नूं भी किसी दीआं सीसां लगणगीआं अज दा प्रोग्राम दोस्तों इत्थे खत्म करदे हां जी सानूं अगली वारी तक इजाजत दिओ सत श्री अकाल सत श्री अकाल सत श्री अकाल। जानू इन्ने साल हो गए तुहानू अजे तक रोटी बनानी नहीं आई। ओ तुहानू सड़ी रोटी नहीं चाहिदी। सारे रिश्तेदारां कोल अपना अपना घर है पर साडे कोल नहीं। असीं किन्ना चिर किराए ते बैठे रहांगे। हुण मैं की करा मॉर्गेज नहीं हुंदी। हुण मैं जांदे अपनी